ਮੇਰੇ ਖਿਆਲ ਆ ਬਹੁਤ ਹੀ ਪੰਜਾਬੀਆਂ ਦੀ سپورਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਵੱਲੋਂ ਜ਼ਿਆਦਾ ਚੁਕਾ ਹੈਗਾ ਲੱਗਦਾ ਹਾਂਜੀ ਸਪੈਸ਼ਲੀ ਮਾਲਵੇ ਮਾਲਵਾ ਬੈਲਟ ਹੈ ਉਹਦਾ ਸਾਰੀ ਭਗਵੰਤ ਦੇ ਨਾਲ ਹੈ ਬਿਲਕੁਲ ਹਾਂਜੀ ਤੇ ਬਾਕੀ ਹੁਣ ਪਤਾ ਲੱਗੂਗਾ ਕਿ ਦੁਆਬੇ ਚੋਂ ਤੇ ਮਾਝੇ ਚੋਂ ਕੀ ਹੁੰਦਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਟਵੀਨ ਅਸ ਵਿਦ ਬਿੰਦੂ ਬਰਾੜ ਕਹਿੰਦੇ ਜਿੱਥੋਂ ਤੱਕ ਵੀ ਦਿਖਾਈ ਦਿੰਦਾ ਹੋਵੇ ਉੱਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰੋ ਜਦੋਂ ਤੁਸੀਂ ਉੱਥੇ ਪਹੁੰਚੋਗੇ ਤਾਂ ਉਹਨਾਂ ਹੀ ਅੱਗੇ ਹੋਰ ਦੇਖ ਸਕੋਗੇ ਤੇ ਸਾਡੇ ਅੱਜ ਦੇ ਮਹਿਮਾਨ ਕੁਝ ਇਦਾਂ ਹੀ ਹੈਗੇ ਜਿਨ੍ਹਾਂ ਨੇ ਸੱਤ ਸਮੁੰਦਰ ਪਾਰ ਹੀ ਨਹੀਂ ਕੀਤੇ ਬਲਕਿ ਸਮੁੰਦਰ ਦੀ ਗਹਿਰਾਈ ਨੂੰ ਵੀ ਬੜੀ ਸ਼ਿੱਦਤ ਨਾਲ ਨਾਪਿਆ ਇੰਨਾ ਹੀ ਨਹੀਂ ਉਹਨਾਂ ਨੇ ਪੰਜਾਬੀ ਗਾਇਕੀ ਦੇ ਵਿੱਚ ਵੀ ਆਪਣਾ ਹੱਥ ਅਜਮਾਇਆ ਮੇਰੀ ਮੁਰਾਦ ਹੈ ਲਾਲੀ ạtਵਾਲ ਜੀ ਆਓ ਅੱਜ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਵਾਗਤ ਹੈ ਪਾਜੀ ਸਾਡੇ ਪ੍ਰੋਗਰਾਮ ਮੇ ਅਸੀਂ ਖਾਲ ਤੁਹਾਨੂੰ ਤੁਹਾਡੇ ਸਾਰੇ ਸਰੋਤਿਆਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਅੱppa ਜੀ ਗਾਇਕੀ ਤੇ ਇੱਕ ਜੌਬ ਜੌਬ ਦਾ ਵੀ ਮੈਂ ਤੁਹਾਨੂੰ ਪੁੱਛੂੰਗੀ ਕਿ ਪਹਿਲਾਂ ਜੌਬ ਦੀ ਗੱਲ ਕਰਦੀਆਂ ਮੈਨੂੰ ਬੜਾ ਇੰਟਰਸਟ ਸੀ ਇਸ ਬਾਰੇ ਸੁਣਦੇ ਵਿੱਚ ਕਿਹੜੀ ਜੌਬ ਤੇ ਉਹ ਸੀ ਜੌਬ ਡੀਪ ਸੀ ਡਾਈਵਿੰਗ ਹਾਂ ਜੀ ਆਇਲ ਫੀਲਡ ਦੇ ਵਿੱਚ ਕੰਮ ਕਰਦੇ ਓਕੇ ਤੇ ਮੈਂ ਜਦੋਂ ਕਾਲਜ ਛੱਡਿਆ ਸੀਗਾ ਹਾਂ ਜੀ 12th ਤੋਂ ਬਾਅਦ ਵਿੱਚ ਫਿਰ ਇੰਗਲੈਂਡ ਚ ਲੱਗਿਆ ਸੀਗਾ ਕੋਰਸ ਕਰਨ ਲਈ ਹਾਂ ਹਾਂ ਤੇ ਮੇਰੇ ਫੁੱਫੜ ਜੀ ਸਿਗੇ ਪਹਿਲਾ ਡਰਾਈਵਰ ਉਹਨਾਂ ਤੋਂ ਮੈਂ ਪ੍ਰਭਾਵਿਤ ਸੀਗਾ ਅੱਛਾ ਛੋਟੇ ਹੁੰਦੇ ਉਹਨਾਂ ਨੂੰ ਦੇਖਦੇ ਹੁੰਦੇ ਸੀਗੇ ਵੀ ਕੰਮ ਇਹ ਡਿਫਰੈਂਟ ਜੀ ਜੌਬ ਹੈ ਹਾਂਜੀ ਸੋ ਫਿਰ ਮੈਂ ਇੰਗਲੈਂਡ ਚ ਚਲਾ ਗਿਆ ਕੋਰਸ ਕਰਨ ਲਈ ਤੇ ਉੱਥੋਂ ਬਸ ਸ਼ੁਰੂਆਤ ਹੋ ਗਈ ਡਾਈਵਿੰਗ ਜੌਬ ਦੀ ਓਕੇ ਹਾਂਜੀ ਇੱਥੇ ਮੈਨੂੰ ਲੱਗਦਾ ਕਿ ਆਪਣੇ ਪੰਜਾਬ ਚ ਕਹਿ ਲਓ ਜਾਂ ਬਹੁਤ ਘੱਟ ਪੜਾਇਆ ਇਸ ਜੌਬ ਬਾਰੇ ਲੋਕਾਂ ਨੂੰ ਨਾ ਹਾਂਜੀ ਹੁਣ ਤਾਂ ਫੇਰ ਵੀ ਕੁਝ ਪਤਾ ਹੈ ਜਦੋਂ ਮੈਂ ਹਮ ਹਮ گیا سیਗਾ कोर्स ਕੀਤਾ سیਗਾ تے میں واپس آیا سی کر کے ہن جی اُدوں ڈیپ سی ڈائیور انڈیا وچ ٹوٹل کوئی 18 20 ڈائیور سیگے اچھا جی تے میں اس ویلے ینگیسٹ ڈیپ سی ڈائیور سیگا اچھا انڈیا دے کہ پنجاب کے انڈیا دے انڈیا انڈیا ہاں جی ہاں جی ہاں جی مودے دیا تے توں نوں کیویں پتہ لگا توں نوں پھپڑ جی نوں دیکھ کے پھر تسی انسپائر ہوئے کہ میں اس لائن چ جانا ہے ہاں جی بالکل مطلب یہی سوچیا سی ہور کچھ نہیں ہور ਕਿ ਜੱਟਾਂ ਦੇ ਮੁੰਡੇ ਅਕਸਰ ਜ਼ਮੀਨਾਂ ਵਾਲੇ ਹੁੰਦੇ ਜਾਂ ਤਾਂ ਉਹ ਹੁੰਦਾ ਜਾਂ ਫਿਰ ਮੈਨੂੰ ਲੱਗਦਾ ਕਿ ਜਦੋਂ ਜਿਹੜੀ ਆਪਣੀ ਜਨਰੇਸ਼ਨ ਸੀ ਆਰਮੀ 'ਚ ਜਾਣਾ ਜਾਂ ਪੁਲਿਸ 'ਚ ਜਾਣਾ ਉਹ ਵੀ ਖੈਰ ਬਹੁਤ ਵਧੀਆਂ ਜੌਬਸ ਆ ਪਰ ਇੰਨਾ ਬਾਰੇ ਘੱਟ ਪਤਾ ਸੀਗਾ ਹੈਨਾ ਸਾਰਿਆਂ ਨੂੰ ਹਾਂਜੀ ਪਰ ਸਾਡੇ ਮੇਰੇ ਫਾਦਰ ਸਾਹਿਬ ਆਰਮੀ ਸੀਗੇ ਤੇ ਚਾਚਾ ਜੀ ਨੇਵੀ ਚ ਸੀਗੇ ਅੱਛਾ ਅੱਛਾ ਤੇ ਉਹਨਾਂ ਨੇ ਮੈਨੂੰ ਕੀਤਾ ਸੀ ਟਰਾਈ ਕਿ ਵੀ ਤੂੰ ਨੇਵੀ ਚ ਚਲੇ ਜਾ ਹਾਂਜੀ ਤੇ ਜਦੋਂ ਗੱਲ ਹੋਈ ਤੇ ਮੈਨੂੰ ਪਤਾ ਲੱਗਾ ਕਿ ਨੇਵੀ ਦੇ ਵਿੱਚ ਜਦੋਂ ਸਾਈਨ ਕਰ ਲਿਆ ਉਹ 10 ਸਾਲ ਲਈ ਸਾਈਨ ਕਰ ਲੈਂਦੇ ਆ ਮੈਂ ਐਦਾਂ ਦਾ ਕੁਝ ਵੱਜਣਾ ਨਹੀਂ ਸੀ ਚਾਹੁੰਦਾ ਅੱਛਾ ਅੱਛਾ ਸੋ ਮੈਂ ਕਿਹਾ ਵੀ ਨਹੀਂ ਉਦੋਂ ਮੈਂ ਬੰਬੇ ਮੈਨੂੰ ਲੈ ਗਏ ਸੀ ਮੈਂ ਉੱਥੋਂ ਦੌੜਿਆ ਆਇਆ ਸੀਗਾ ਤੇ ਫਿਰ ਜਿਹੜੀ ਡਾਈਵਿੰਗ ਦੀ ਜੌਬ ਸੀਗੀ ਇਹ ਇਹਦੇ ਵਿੱਚ ਮੈਂ ਬਹੁਤ ਇੰਟਰਸਟਿਡ ਸੀ ਛੋਟੇ ਹੁੰਦੇ ਤਾਂ ਹੀ ਦੇਖਦੇ ਹੁੰਦੇ ਸੀਗੇ ਫੁੱਫੜ ਜੀ ਉਹਨਾਂ ਨੂੰ ਉਹਨਾਂ ਦੀਆਂ ਫੋਟੋਆਂ ਦੇਖਣੀਆਂ ਹਾਂਜੀ ਹਾਂਜੀ ਤੇ ਉਹਦੇ ਵਿੱਚ ਇੰਟਰਸਟਿਡ ਸੀਗਾ ਘਰ 'ਚ ਸੀ ਕੋਈ ਉਹ ਫਿਰ ਤੁਸੀਂ ਦੇਖ ਦੇਖ ਕੇ ਹੋ ਜਾਂਦਾ ਹੈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਇਹਦੀ ਕੋਈ ਸਟੱਡੀ ਹੁੰਦੀ ਹੈ ਸਪੈਸ਼ਲ ਇਹਦੇ ਕੋਰਸਿਸ ਹੈਗੇ ਆ ਤੇ ਜਿਆਦਾ ਜਿਹੜੇ ਆ ਵਰਲਡਵਾਈਡ ਰੈਕੋਗਨਾਈਜ਼ਡ ਕੋਰਸ ਹੈ ਉਹ ਇੰਗਲੈਂਡ ਫਰਾਂਸ ਆਸਟ੍ਰੇਲੀਆ ਤੇ ਯੂ ਐਸ ਚਾਰ ਕੰਟਰੀਆਂ ਚੀ ਹੈ अच्छा ਹੁਣ ਹੁਣ ਥੋੜੇ ਬਹੁਤ ਸਾਊਥ ਅਫਰੀਕਾ ਚ ਵੀ ਹੋਇਆ ਪਰ ਉਹ ਇੰਨੇ ਜ਼ਿਆਦਾ ਹੈ ਨਹੀਂ ਗੇ ਵਰਲਡ ਵਾਈਡ ਜਿਹੜਾ ਰੈਕਨਾਈਜ਼ਡ ਜਿਹੜੇ ਮੰਨੇ ਜਾਂਦੇ ਓਕੇ ਤੇ ਜਦੋਂ ਮੈਂ ਗਿਆ ਸੀਗਾ ਉਦੋਂ ਤਾਂ ਇੰਗਲੈਂਡ ਵਿੱਚ ਹੀ ਸੀਗੇ ਤੁਸੀਂ ਇੰਗਲੈਂਡ ਤੋਂ ਕੀਤਾ ਹਾਂਜੀ ਹਾਂਜੀ ਓਕੇ ਓਕੇ ਤੇ ਫਿਰ ਕਿੰਨਾ ਕਿੰਨੇ ਚਿਰ ਦਾ ਹੁੰਦਾ ਹੈ ਕੋਰਸ ਐਕਚੁਅਲੀ ਮੈਂ ਮੈਨੂੰ ਬੜਾ ਸ਼ੌਕ ਹੈ ਇਸ ਦਾ ਇਹਨਾਂ ਇਹਨਾਂ ਦੀ ਕੋਰਸੇਸ ਦੀ ਡਿਊਰੇਸ਼ਨ ਨਹੀਂ ਇੰਨੀ ਲੰਬੀ ਹਾਂਜੀ ਪਰ ਇਹਨਾਂ ਦੇ ਕਰਕੇ ਇਕਵਿਪਮੈਂਟਸ ਜਿਹੜੇ ਹੁੰਦੇ ਆ ਉਹ ਬਹੁਤ ਅ ਐਕਸਪੈਂਸਿਵ ਇਕੁਪਮੈਂਟਸ ਆ ਜਿਹੜਾ ਉਹਨਾਂ ਦਾ ਸਟਾਫ ਜਿਹੜਾ ਟ੍ਰੇਨਿੰਗ ਦਿੰਦਾ ਉਹ ਕਾਫੀ ਹਾਈਲੀ ਪੇਡ ਹੁੰਦੇ ਆ ਕੋਰਸੇ ਹੁੰਦੇ ਮਹਿੰਗੇ ਆ ਡਿਊਰੇਸ਼ਨ ਘੱਟ ਹੁੰਦੀ ਆ ਪਰ ਮਹਿੰਗੇ ਕੋਰਸੇ ਹੁੰਦੇ ਆ ਮਹਿੰਗੇ ਕੋਰਸੇ ਤੇ ਇੱਕ ਵਾਰੀ ਤੁਸੀਂ ਉਹ ਕੋਰਸੇਸ ਵਿੱਚ ਤੁਹਾਨੂੰ ਉਹ ਨੋਹਾਊ ਜਿਹੜੀ ਉਹ ਪਤਾ ਲੱਗ ਜਾਂਦੀ ਆ ਵੀ ਕਿਵੇਂ ਕਰਨੀ ਡਾਈਵ ਕੀ ਹੈ ਪਰ ਉਸ ਤੋਂ ਬਾਅਦ ਵਿੱਚ ਜਦੋਂ ਤੁਸੀਂ ਐਕਚੁਅਲੀ ਫੀਲਡ ਵਿੱਚ ਆਉਨੇ ਆ ਫਿਰ ਤੁਸੀਂ ਯੂ نو ਯੂ ਲਰਨ ਏਵਰੀ ਡੇ ਤੁਸੀਂ ਹਰ ਦਿਨ ਨਵੀਂ ਚੀਜ਼ ਸਿੱਖਦੇ ਆ ਜੀਆ ਤੇ ਭਾਜੀ ਮੈਂ ਤੁਹਾਨੂੰ ਪੁੱਛੂੰਗੀ ਜਦੋਂ ਆਪਣੇ ਜਿਹੜੇ ਪੰਜਾਬੀ ਐ ਸਪੈਸ਼ਲੀ ਮੈਨੂੰ ਲੱਗਦਾ ਪਹਿਲਾਂ ਤੋਇਆ ਕਿ ਇੱਕ ਵਾਰੀ ਬਾਹਰ ਚਲੇ ਜਾਂਦਾ ਫਿਰ ਮੁਸ਼ਕਲ ਮੋੜਦੇ ਆ ਤੁਸੀਂ ਇੰਗਲੈਂਡ ਜਾ ਕੇ ਫਿਰ ਵਾਪਸ ਆ ਗਏ ਉਹ ਥੋੜਾ ਜਿਹਾ ਮੈਨੂੰ ਦੱਸੋਗੇ ਕਿਵੇਂ ਹਾਂ ਜਦੋਂ ਮੈਂ ਇੰਗਲੈਂਡ ਗਿਆ ਬੜੀ ਯੰਗ ਏਜ ਸੀਗੀ 18 19 ਸਾਲ ਦਾ ਸੀਗਾ ਤੇ ਉੱਥੇ ਜਿਹੜੇ ਸਾਡੇ ਰਿਲੇਟਿਵ ਸੀਗੇ ਉਹ ਵੀ ਹੈਰਾਨ ਹੁੰਦੇ ਸੀ ਭਈ ਇਹਨੂੰ ਵੀਜ਼ਾ ਕਿੱਦਾਂ ਮਿਲ ਗਿਆ ਉਦੋਂ ਵੀਜ਼ੇ ਬੜੇ ਮੁਸ਼ਕਲ ਮਿਲਦੇ ਹੁੰਦੇ ਸੀਗੇ ਪਰ ਕਿਉਂਕਿ ਮੈਂ ਟ੍ਰੇਨਿੰਗ ਲਈ ਗਿਆ ਸੀਗਾ ਤੇ ਮਿਲ ਗਿਆ ਵੀਜ਼ਾ ਈਜ਼ੀ ਤੇ ਫੇ ਜਦੋਂ ਮੈਂ ਕੋਰਸ ਕਰਕੇ ਵਾਪਸ ਆਉਣਾ ਸੀ ਤਾਂ ਉਹ ਵੀ ਇਹੀ ਕਹਿੰਦੇ ਸੀਗੇ ਤੂੰ ਵਾਪਸ ਚੱਲ ਜਾਣਾ ਕਿਉਂ ਚੱਲ ਜਾਣਾ ਇੱਥੋਂ ਅੱਗੇ ਤਾਂ ਕੋਈ ਮੁੜਦਾ ਨਹੀਂ ਮੁੜਦਾ ਨਹੀਂ ਮੈਂ ਤਾਂ ਇਹ ਕੁ ਕਰਦਣੇ ਆ ਇੱਥੇ ਆਰਾਮ ਨੜ ਰਹਾ ਉਹਨਾਂ ਕਹਾਂ ਜੀ ਨਹੀਂ ਮੈਂ ਤਾਂ ਜਾਣਾ ਹੈ ਮੈਂ ਇਹ ਜੌਬ ਕਰਨੀ ਹੈ ਤੇ ਵਾਪਸ ਜਦੋਂ ਮਰਜੀ ਆ ਜਾਾਂਗੇ ਕੋਈ ਮੈਂ ਮਤਲਬ ਸੋਚ ਲਿਆ ਸੀ ਕਿ ਐਹੀ ਜੌਬ ਕਰਨੀ ਆ ਬਸ ਕਰਨੀ ਕਰਨੀ ਆ ਜਦੋਂ ਕੁਛ ਆਪ ਦਰੇੜ ਹੋ ਕੇ ਸੋਚ ਲੈਨੇ ਤੇ ਫਿਰ ਉਹ ਹੁੰਦਾ ਹੈ ਲਾਈਫ ਚ ਹਾਂਜੀ ਤੇ ਵਾਪਸ ਆ ਕੇ ਫਿਰ ਕਿੱਥੇ ਹੈਗੀ ਸੀ ਇਹਦੀ ਜੌਬ ਕਿੱਥੇ ਹੁੰਦੀਆਂ ਜੌਬਸ ਇਹ ਜਿਹੜੀਆਂ ਇੰਟਰਨੈਸ਼ਨਲ ਕੰਪਨੀਆਂ ਸੀਗੀਆਂ ਦੋ ਤਿੰਨ ਕਿ ਬੰਬੇ 'ਚ ਕੰਮ ਕਰਦੀਆਂ ਆ ONGC ਲਈ ਤੇ ਉਹਨਾਂ ਦੇ ਲਈ ਫਿਰ ਬੰਬੇ ਦੇ ਵਿੱਚ ਉਹਨਾਂ ਦੇ ਆਫਿਸ ਸੀਗੇ ਤੇ ਬੰਬੇ ਫਿਰ ਜਦੋਂ ਉਹ ਸਾਨੂੰ ਹਾਇਰ ਕਰ ਲੈਂਦੇ ਆ ਜਦੋਂ ਉੱਥੋਂ ਜੋਬ ਤੇ ਚਲੇ ਜਾਣਾ ਵਾਪਸ ਆ ਜਾਣਾ ਪਰ ਮੈਂ ਰਹਿੰਦੇ ਪੰਜਾਬ ਹੀ ਸੀਗੇ ਇੱਥੋਂ ਕੰਮ ਕਰਨ ਚਲੇ ਜਾਂਦੇ ਸੀਗੇ ਮਹੀਨੇ ਦਾ ਸਾਡੇ ਇਨ ਟ੍ਰਿਪ ਹੁੰਦੇ ਆ 4 ਵੀਕ ਦਾ 6 ਵੀਕ ਦਾ ਟ੍ਰਿਪ ਅੱਛਾ ਅੱਛਾ ਠੀਕ ਹੈ ਤੇ ਫ੍ਰੀਲੈਂਸਿੰਗ ਆ ਹੂੰ ਹੂੰ ਤੁਸੀਂ ਜਦੋਂ ਮਰਜੀ ਜੋਬ ਲੈ ਲਓ ਜੇ ਨਹੀਂ ਤੁਹਾਨੂੰ ਕੁਝ ਤੁਹਾਡੀ ਹੋਰ ਟਾਈਜ਼ ਜਾਂ ਕੋਈ ਫੰਕਸ਼ਨ ਹੈ ਘਰੇ ਕੋਈ ਪ੍ਰੋਗਰਾਮ ਹੈ ਤੁਸੀਂ ਫਿਰ ਨਹੀਂ ਵੀ ਜਾਣਾ ਨਾ ਵੀ ਜਾਓ ਸੋ ਇਦਾਂ ਦੀ ਆਪਦੀ ਮਰਜ਼ੀ ਹੈ ਤੁਸੀਂ ਜਦੋਂ ਮਰਜੀ ਜੌਬ ਕਰ ਸਕਦੇ ਹੋ ਇਸੇ ਲਈ ਮੈਂ ਇਹ ਇਹ ਪ੍ਰੋਫੈਸ਼ਨ ਚੁਣਿਆ ਸੀਗਾ ਆਜ਼ਾਦ ਜੇ ਰਹਿਣਾ ਜਿੰਨਾ ਚਾਹੋ ਤੁਸੀਂ ਕਰ ਸਕਦੇ ਹੋ ਜਿੰਨਾ ਜੇ ਨਹੀਂ ਚਾਹੋ ਤਾਂ ਨਾ ਕਰੋ ਚਲੋ ਆਪਾਂ ਜੌਬ ਵੱਲ ਫਿਰ ਤੋਂ ਆਵਾਂਗੇ ਹਜੇ ਮੈਂ ਬੜਾ ਕੁਝ ਜਾਨਣਾ ਹੈ ਇਹਦੇ ਬਾਰੇ ਮੈਂ ਤੁਹਾਡੀ ਗਾਇਕੀ ਵੱਲ ਹੋਣਾ ਆਉਣਾ ਚਾਹੂੰਗੀ ਕਿ ਤੁਸੀਂ ਤੁਹਾਡੀ ਸੰਗਸ ਵੀ ਆਈ ਸੀ ਇਹ ਕਦੋਂ ਦੀ ਗੱਲ ਹੈ ਤੇ ਕਿੰਨੇ ਸੌਂਗ ਆਏ ਸੀਗੇ ਇਹ ਗਾਉਣ ਦਾ ਤਾਂ ਸ਼ੁਰੂ ਹੋਇਆ ਐਕਚੁਅਲੀ ਮੈਂ ਬਹੁਤ ਛੋਟਾ ਜਿਹਾ ਸੀਗਾ ਹੂੰ ਹੂੰ ਤੇ ਮੇਰੇ ਖਿਆਲ ਪੰਜਵੀਂ 'ਚ ਹੋਣਾ ਚੌਥੀ ਪੰਜਵੀਂ ਦੇ ਵਿੱਚ ਹੂੰ ਹੂੰ ਤੇ ਸਾਡੇ ਘਰਦਿਆਂ ਨੂੰ ਮੇਰੀ ਸਿਸਟਰ ਨੂੰ ਮੇਰੇ ਭੂਆ ਜੀ ਸਭ ਤੋਂ ਛੋਟੇ ਭੂਆ ਜੀ ਉਹਨਾਂ ਨੂੰ ਬੜਾ ਸ਼ੌਂਕ ਹੁੰਦਾ ਸੀਗਾ ਕੋਈ ਵੀ ਫੰਕਸ਼ਨ ਹੋਣਾ ਸਕੂਲ ਦਾ ਚੱਕ ਕੇ ਸਟੇਜ ਤੇ ਖੜਾ ਕਰ ਦੇਣਾ ਲੈ ਵੀ ਗਾਣਾ ਤਿਆਰ ਕਰਕੇ ਵੇਖ ਗਾਉ ਤੇ ਫਿਰ ਅ ਮੇਰੇ ਬ੍ਰਦਰ ਇਨ ਲਾਅ ਹੂੰ ਹੂੰ ਅਵਤਾਰ ਸਿੰਘ ਤੁਸੀਂ ਜਾਣਦੇ ਹੋ ਉਹਨਾਂ ਨੂੰ ਉਹਨਾਂ ਦੇ ਹੁੰਦੇ ਸੀਗੇ ਉਹ ਮਾਰਕਿਸਟ ਹੁੰਦੇ ਸੀ ਡਰਾਮੇ ਜਿਹੇ ਕਰਦੇ ਹੁੰਦੇ ਤੇ ਉਹਨਾਂ ਦੇ ਵਿੱਚ ਫਿਰ ਮੈਨੂੰ ਇੱਕ ਦੋ ਗਾਣੇ ਮੈਨੂੰ ਉਹਨਾਂ ਗਾਣੇ ਮੈਨੂੰ ਇੱਕ ਯਾਦ ਆ ਬੜਾ ਪੁਰਾਣਾ ਕੀ ਸੀ ਸੜਕ ਤੇ ਰੋੜੀ ਕੁੱਟ ਰਹੀਆਂ ਮਟਿਆਰਾਂ ਨੂੰ ਦੇਖੋ ਸੋ ਇੱਦੀ ਦੀ ਉਹਨਾਂ ਨੇ ਮੇਰੀ ਸਿਸਟਰ ਉਹਨਾਂ ਨੇ ਤਿਆਰ ਕਰਾਉਣੇ ਮੈਂ ਗਾਣੇ ਇੱਕ ਅੱਧੀ ਢੋਲ ਤੇ ਬਾਜਾ ਜਿਆ ਉਹਦੇ ਨਾਲ ਹੀ ਰਮੋਨਿਅਮ ਦੇ ਨਾਲ ਹੀ ਹਾਂ ਉਦੋਂ ਐਂ ਹੀ ਹੁੰਦੇ ਸੀ ਐ ਸ਼ੌਂਕ ਸੀਗਾ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਤੇ ਫਿਰ ਜਦੋਂ ਕੈਨੇਡਾ ਗਏ ਉੱਥੇ ਰਾਜਾ ਐਂਟਰਟੇਨਰਸ ਵਾਲਿਆਂ ਨੂੰ ਮਿਲੇ ਤੇ ਗੱਲ ਹੋਈ ਪਈ ਵੀ ਰਿਕਾਰਡਿੰਗ ਕਰਾਉਣੀ ਆ ਹੂੰ ਹੂੰ ਤੇ ਫਿਰ ਪਹਿਲਾ ਗੀਤ ਦੇਵੀ ਦੇਵੀ ਭਾਜੀ ਹੁਣਾਂ ਦਾ ਲਿਖਿਆ ਹੋਇਆ ਸੀਗਾ ਅੱਛਾ ਮੇਰਾ ਜਿਹੜਾ ਰਿਕਾਰਡ ਹੋਇਆ ਸੀਗਾ ਦੇਵੀ ਮਕਸੂਦਸੁਰੀ ਸਾਹਿਬ ਦਾ ਹੂੰ ਹੂੰ ਉਹ ਸੀਗਾ ਨਵੇਂ ਸਾਲ ਦੇ ਪ੍ਰੋਗਰਾਮ ਦੇ ਵਿੱਚ ਅੱਛਾ ਹਾਂਜੀ ਤੇ 96 ਹੂੰ ਹੂੰ ਸੀ ਉਹ ਗਾਣਾ ਬੜਾ ਵਧੀਆ ਸੀਗਾ ਬੜਾ ਵਧੀਆ ਰਿਹਾ ਉਹ ਲੋਕਾਂ ਨੇ ਪਸੰਦ ਕੀਤਾ ਅੱਛਾ ਤੇ ਕਿਹੜਾ Song ਸੀ ਭਾਜੀ ਉਹ ਸੀਗਾ ਅ ਚੰਗੀ ਲੱਗੇ ਜੋ ਦਿਲਾਂ ਨੂੰ ਇਹ ਗੱਲ ਲੱਗਦੀ ਨਹੀਂ ਤੂੰ ਸਾਡੀਆਂ ਮੁਸੀਬਤਾਂ ਦਾ ਹੱਲ ਲੱਗਦੀ ਕਿੱਥੇ ਰਹਿਨੀ ਐ ਤੂੰ ਕਿਹੜਾ ਹੀ ਘਰਾਂ ਦੱਸ ਜਾ ਸਾਡਾ ਪੁੱਛ ਲੈ ਆਪਣਾ ਵੀ ਨਾਂ ਦੱਸ ਜਾ ਥੋੜਾ ਗਾਗੀ ਸੁਣਾ ਦਿੰਦੇ ਵਦਿਆ ਕਿੰਨਾ ਸੋਹਣੀ ਵਾਈਡਿੰਗ ਬਹੁਤ ਸੋਹਣੀ ਆ ਚੰਗੀ ਲੱਗੇ ਜੋ ਦਿਲਾਂ ਨੂੰ ਇਹ ਗੱਲ ਲੱਗਦੀ ਨਹੀਂ ਤੂੰ ਮੇਰੀਆਂ ਮੁਸੀਬਤਾਂ ਦਾ ਹੱਲ ਲੱਗਦੀ ਕਿੱਥੇ ਰਹਿਨੀ ਐ ਤੂੰ ਕਿਹੜਾ ਹੀ ਘਰਾਂ ਦੱਸ ਜਾ ਘਰਾਂ ਦੱਸ ਜਾ ਸਾਡਾ ਪੁੱਛ ਲੈ ਆਪਣਾ ਵੀ ਨਾਂ ਦੱਸ ਜਾ ਸਾਡਾ ਪੁੱਛ ਲੈ ਆ ਆਪਣਾ ਵੀ ਨਾਮ ਦੱਸ ਜਾ ਬਹੁਤ ਵਧੀਆ ਬਹੁਤ ਹੀ ਵਧੀਆ ਤੇ ਕਿੰਨੇ ਸੌਂਗ ਹੈ ਤੁਹਾਡੇ ਕਾਫੀ ਮੈਨੂੰ ਲੱਗਦਾ ਵਧੀਆ ਵਧੀਆ ਸੌਂਗ ਹਾਂ ਮੈਂ ਫਿਰ ਮੈਂ ਬੜਾ ਲੱਕੀ ਸੀਗਾ ਕਿ ਮੇਰਾ ਪਹਿਲਾ ਸੌਂਗ ਹੀ ਦੇ ਵੀ ਭਾਜੀ ਦਾ ਲਿਖਿਆ ਹੋਇਆ ਸੀਗਾ ਹਾਂਜੀ ਹਾਂਜੀ ਕਿਉਂਕਿ ਇਹਨਾਂ ਮੇਰੀ ਇਹਨਾਂ ਦੇ ਨਾਲ ਜਾਣ ਪਛਾਨ ਮੁਲਾਕਾਤ ਉੱਥੇ ਕੈਨੇਡਾ ਚ ਵੈਨਕੂਵਰ ਚ ਹੋਈ ਤੇ ਇੱਕਦਮ ਹੀ ਅਸੀਂ ਬੜੇ ক্লোਜ਼ ਆ ਗਏ ਭਾਜੀ ਦੀ ਨੇਚਰ ਬਹੁਤ ਵਧੀਆ ਹਾਂਜੀ ਤੇ ਮੈਨੂੰ ਗਾਣਾ ਮਿਲ ਗਿਆ ਗਾਉਣ ਲਈ ਹਾਂ ਹਾਂ ਤੇ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਜਦੋਂ ਐਲਬਮ ਦੀ ਪਲੈਨਿੰਗ ਕਰ ਰਹੇ ਸੀਗੇ ਹੂੰ ਹੂੰ ਤੇ ਵੀ ਐਲਬਮ ਰਿਕਾਰਡ ਕਰਨੀ ਆ ਰਾਜਾ ਐਂਟਰਟੇਨਰਸ ਵਾਲਿਆਂ ਨਾਲ ਹੀ ਗੱਲ ਕਰਕੇ ਹੂੰ ਹੂੰ ਤੇ ਫਿਰ ਉਦੋਂ ਮੈਂ ਬਰਾੜ ਸਾਹਿਬ ਨੂੰ ਮਿਲਿਆ ਸੀ ਰਾਜ ਰਾਜ ਭਾਜੀ ਉਹਨਾਂ ਨੂੰ ਰਾਜ ਬਰਾੜ ਤੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਪਹਿਲਾ ਕੁਐਸਚਨ ਇਹੀ ਪੁੱਛਿਆ ਵੀ ਹੋਰ ਗਾਣੇ ਕਿਹੜੇ ਆ ਅੱਛਾ ਤੇ ਮੈਂ ਕਿਹਾ ਹੁਣ ਮੈਨੂੰ ਪਤਾ ਸੀਗਾ ਵੀ ਕਿਉਂਦੋਂ ਰਾਜ ਰਾਜ ਦਾ ਗਾਣਾ ਬੁੜਾ ਹਿੱਟ ਹੋਇਆ ਸੀਗਾ ਹਰਪਜੰਦਾ ਜਿਹੜਾ ਗਾਇਆ ਹੋਇਆ ਸੀਗਾ ਤੇਰੀ ਭੇਜ ਗਈ ਕੁਰਤੀ ਲਾਲ ਪਸੀਨੇ ਨਾਲ ਕੁੜੇ ਸਾਰੇ ਪਾਸੇ ਛਾਇਆ ਹੋਇਆ ਸੀਗਾ ਨਾ ਤੇ ਉਦੋਂ ਉਦੋਂ ਕੀ ਨਸੀਬੋ ਚੇਤੇ ਕਰਦੀ ਐ ਬੜੇ ਬੜੇ ਹਿੱਟ ਗਾਣੇ ਸੀਗੇ ਰਾਜ ਦੇ ਲਿਖੇ ਹੋਏ ਤੇ ਮੈਂ ਕਿਹਾ ਵੀ ਮੇਰੇ ਕੋਲ ਆਹ ਗਾਣੇ ਆ ਥੋੜੇ ਜਿਹਾ ਗਾਣੇ ਸੁਣਾਏ ਉਹਨਾਂ ਨੂੰ ਉਹਨਾਂ ਨੂੰ ਚੰਗੇ ਲੱਗੇ ਤੇ ਉਸ ਉਸ ਐਲਬਮ ਵਿੱਚ ਵੀ ਇੱਕ ਦੇਵੀ ਭਾਈ ਦਾ ਸੀਗਾ ਗਾਣਾ ਸੈਡ ਸੀਗਾ ਤੇ ਤੂੰ ਦੇ ਗਈ ਜ਼ਹਿਰ ਜਦਾਈਆਂ ਦਾ ਅਸੀਂ ਓਕੇ ਉਹ ਵੀ ਤੇ ਕਹਿੰਦੇ ਗਾਣੇ ਤਾਂ ਠੀਕ ਆ ਯਾਰ ਮੈਂ ਕਿਹਾ ਹੁਣ ਬਾਕੀ ਆਪਾਂ ਕਰਦੇ ਆ ਨਾ ਤੇ ਕਹਿੰਦੇ ਠੀਕ ਆ ਤੇ ਉਦੋਂ ਕਿ ਸੈਕਟਰ 35 ਚ ਰਹਿੰਦੇ ਸੀਗੇ ਹਾਂਜੀ ਤੇ ਫਿਰ ਅਸੀਂ ਐਲਬਮ ਦੀ ਤਿਆਰੀ ਕਰਨ ਲੱਗ ਗਏ ਤਾਂ ਉਹੀ ਫਿਰ ਉਦੋਂ ਹੀ ਫਿਰ ਇਕੱਠਿਆਂ ਨੇ ਅ ਅਸੀਂ ਬੰਤੋ ਤੇ ਮੇਰੇ ਵਾਲੀ ਹੱਸਦੀ ਸੋਹਣੀ ਲੱਗਦੀ ਉਦੋਂ ਅੱਛਾ ਬ੍ਰੈਟਸ ਨਾਲ ਇਹ ਟੇਪ ਹੋਈ ਸੀ ਤੁਹਾਡੀ ਹਾਸਲੀ ਸੋਹਣੀ ਲੱਗਦੀ ਹਾਂ ਹੱਸਦੀ ਸੋਹਣੀ ਲੱਗਦੀ ਤੇ ਰਾਜਦਾਈ ਲਿਖਿਆ ਹੋਇਆ ਸੀਗਾ ਟਾਈਟਲ ਤੋਂ ਤੇ ਉਹ ਫਿਰ ਜੈਦੇਵ ਹੁਣਾ ਨਾਲ ਗੱਲ ਕਰਕੇ ਤੇ ਜੈਦੇਵ ਬਬਲੂ ਨੇ ਇਹਨਾਂ ਨੇ ਮਿਊਜ਼ਿਕ ਕੀਤਾ ਸੀ ਸਾਡੀਆਂ ਦੋਨਾਂ ਟੇਪਾਂ ਦਾ ਇਕੱਠੀਆਂ ਰਿਕਾਰਡ ਕਰਾਈਆਂ ਸੀ ਅੱਛਾ ਰਾਜਵਾਲੀ ਬੰਤੋ ਸੀਗੀ ਫਸਟ ਟੇਪ ਤੇ ਮੇਰੀ ਸੀ ਹੱਸਦੀ ਸੋਹਣੀ ਲੱਗਦੀ ओके ਜਨਨ ਕਿ ਬਰਾਦ ਸਭ ਨੂੰ ਤੁਸੀਂ ਪਹਿਲਾਂ ਤਾਂ ਹੋਵੇ ਜੇ ਮਿਲੇ ਸੀ ਜਿਵੇਂ ਆਮ ਮੇਲੀ ਦਾ ਬਟ ਫਿਰ ਤਾਂ ਫੈਮਲੀ ਹੋਗੀ ਹਾਂ ਫਿਰ ਹਾਂ ਫਿਰ ਫੈਮਲੀ ਹੋਗੀ ਕਿਉਂਕਿ ਫਿਰ ਇਕੱਠੀ ਰਿਕਾਰਡਿੰਗ ਕਰਵਾਣੀ ਕਰਵਾਤੀ ਅਸੀਂ ਸ਼ੁਰੂ ਇਕੱਠਿਆਂ ਨੇ ਦਿੱਲੀ ਜਾਣਾ ਇਕੱਠਿਆਂ ਨੇ ਰਹਿਣਾ ਇੱਥੇ ਸੈਕਟਰ 35 ਚ ਰਹਿੰਦੇ ਸੀਗੇ ਤੇ ਕਦੇ ਦਿੱਲੀ ਨੂੰ બસ ਚ ਵਗ ਜਾਣਾ ਹਾਂਜੀ ਬਾਅਦ ਵਿੱਚ ਮਰੂਤੀ ਕਾਰ ਲੈ ਲਈ ਅਸੀਂ ਮਰੂਤੀ ਚ ਫਿਰੀ ਜਾਣਾ ਸੋ ਬੜੀ ਮਿਹਨਤ ਦਾ ਕੰਮ ਸੀਗਾ ਤੁਹਾਨੂੰ ਕਿਉਂਕਿ ਜਦੋਂ ਬ੍ਰਾਦਰ ਸਾਬ ਨੂੰ ਮੈਨੂੰ ਮਿਲੇ ਬ੍ਰਾਦਰ ਸਾਬ ਉਸ ਤੋਂ ਬਾਅਦ ਜਿੰਨਾ ਦਾ ਵੀ ਜ਼ਿਕਰ ਸੁਣਿਆ ਸਭ ਤੋਂ ਪਹਿਲਾਂ ਤੁਹਾਡਾ ਸੀਗਾ ਦੀਦੀ ਹੋਰਾਂ ਦਾ ਸੀਗਾ ਸਾਰੇ ਪਰਿਵਾਰ ਦਾ ਤਾਂ ਮੈਨੂੰ ਵੀ ਪਤਾ ਕਿੰਨਾ ਪਿਆਰ ਮਿਲਿਆ ਪਰਿਵਾਰ ਤੋਂ ਉਹ ਫਿਰ ਇੱਕ ਫੈਮਲੀ ਹੋ ਗਈ ਇੱਕ ਫੈਮਲੀ ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਅੰਡਰਸਟੈਂਡਿੰਗ ਸੀ ਇਹ ਮਿਊਚੁਅਲ ਅੰਡਰਸਟੈਂਡਿੰਗ ਬਹੁਤ ਜ਼ਿਆਦਾ ਸੀਗੀ ਇਕੱਠੇ ਰਹਿੰਦੇ ਸੀਗੇ ਤੇ ਭਾਜੀ ਇੱਥੇ ਗਾਇਕੀ ਚ ਵੀ ਵਧੀਆ ਚੱਲ ਰਿਆ ਸੀ ਕੰਮ ਤੇ ਜੌਬ ਵੀ ਇੰਨੀ ਵਧੀਆ ਫਿਰ ਤੁਸੀਂ ਕੈਨੇਡਾ ਕਿਵੇਂ ਮੂਵ ਹੋਏ ਫਿਰ ਉਹ ਹਸਦੀ ਸੋਣੀ ਲੱਗਦੀ ਤੋਂ ਬਾਅਦ ਵਿੱਚ ਫਿਰ ਇੱਕ ਸੈਕੰਡ ਐਲਬਮ ਕੀਤੀ ਹਮਮ ਅ ਟੀ ਸੀਰੀਜ਼ ਲਈ ਅੱਛਾ ਜੀ ਅ ਉਹਦੇ ਵਿੱਚ ਸੀਗਾ ਦੇਵੀ ਭਾਜੀ ਦਾ ਸੀਗਾ ਟਾਈਟਲ Song ਅੱਛਾ ਜੀ ਪਟਿਆਲਾ ਪੁੱਤ ਜੱਟ ਦਾ ਤੇਰੀ ਅੱਥਰੀ ਜਵਾਨੀ ਪਹਿਲੇ ਤੋੜਦੀ ਉਹ ਗਾਣਾ ਵੀ ਵਾਵਾ ਵਧੀਆ ਰਿਹਾ ਸੀਗਾ ਤੇ ਉਸ ਤੋਂ ਬਾਅਦ ਵਿੱਚ ਹੋਰ ਟੇਪਸ ਦੀ ਵੀ ਆਰਟੀ ਸੀਰੀਜ਼ ਵੱਲੋਂ ਡਿਮਾਂਡ ਸੀਗੀ ਵੀ ਕਰੋ ਤੇ ਮੈਨੂੰ ਆਫਰਸ ਵੀ ਸੀਗੀਆਂ ਪਰ ਉਸ ਵੇਲੇ ਫਿਰ ਬੇਟਾ ਮੇਰਾ ਨਾ ਸਕੂਲ ਜਾਣ ਲਈ ਰੈਡੀ ਸੀਗਾ ਅੱਛਾ ਜੀ ਤੇ ਪਹਿਲਾਂ ਸੋਚਿਆ ਸੀਗਾ ਵੀ ਚਲੋ ਇੱਥੇ ਹੀ ਫੋਵਾੜੇ ਜਲੰਧਰ ਪੜਨ ਲਾ ਦਾਂਗੇ ਹੂੰ ਹੂੰ ਪਤਾ ਨਹੀਂ ਕਿਉਂ ਫਿਰ ਮੇਰਾ ਇੱਕਦਮ ਮਾਈਂਡ ਚੇਂਜ ਹੋ ਗਿਆ ਵੀ ਨਹੀਂ ਇਹਨਾਂ ਨੇ ਤਾਂ ਕੈਨੇਡਾ ਰਹਿਣਾ ਬਾਅਦ ਵਿੱਚ ਵੱਡੇ ਹੋ ਕੇ ਤੇ ਬੈਟਰ ਇਹ ਹੈ ਵੀ ਉੱਥੇ ਹੀ ਪੜ੍ਹਨ ਬਿਲਕੁਲ ਤੇ ਉੱਥੇ ਫਿਰ ਅਸੀਂ ਇੱਕਦਮ 2 ਕੁ ਵੀਕ ਦੇ ਨੋਟਿਸ ਦੇ ਵਿੱਚ ਹੀ ਅਸੀਂ ਉੱਥੇ ਨੂੰ ਚੱਲ ਗਏ ਇੱਕਦਮ ਮੂਵ ਕਰ ਗਏ ਕੈਨੇਡਾ ਤੇ ਉਸ ਤੋਂ ਬਾਅਦ ਵਿੱਚ ਫਿਰ ਜਦੋਂ ਮੂਵ ਹੋਏ ਉਦੋਂ ਮੇਰਾ ਗਾਣਾ ਪੂਰਾ ਹਿੱਟ ਸੀਗਾ ਇਹ ਅੱਛਾ ਤੇਰੀ ਅਥਰੀ ਜਵਾਨੀ ਪਹਿਲੇ ਤੋੜਦੀ ਪੂਰਾ ਹਿੱਟ ਸੀਗਾ ਉਸ ਤੋਂ ਬਾਅਦ ਵਿੱਚ ਫਿਰ ਐਲਬਮ ਨਹੀਂ ਕੀਤੀ ਐਂਡ ਉਦੋਂ ਮੈਂ ਡਾਈਵਿੰਗ ਵੀ ਕਰਦਾ ਸੀਗਾ ਡੀਪ ਸੀ ਡਾਈਵਿੰਗ ਪ੍ਰੋਫੈਸ਼ਨ ਵੈਲ ਪੇਡ ਪ੍ਰੋਫੈਸ਼ਨ ਹੈ ਬਿਲਕੁਲ ਹਾਂਜੀ ਤੇ ਫਿਰ ਮੈਂ ਉਦੋਂ ਨੂੰ ਜਾਦਾ ਚਕਾ ਹੋ ਗਿਆ ਅੱਛਾ ਜੋਬ ਵਾਲਾ ਹੂੰ ਇਹ ਮੈਨੂੰ ਲੱਗਦਾ ਕਿ ਚਾਹੇ ਤੁਸੀਂ ਬਾਹਰ ਚਲਗੇ ਪਰ ਪੰਜਾਬ ਦਾ ਮੋਹ ਤਾਂ ਨਹੀਂ ਗਿਆ ਹੈ ਨਾ ਤੁਸੀਂ ਹਰ ਸਾਲ ਆਉਂਦੇ ਹੋ ਹਰ ਸਾਲ ਸਭ ਨੂੰ ਮਿਲਦੀ ਵਧੀਆ ਨਾ ਪੰਜਾਬ ਤਾਂ ਫਿਰ ਤੁਹਾਨੂੰ ਪਤਾ ਕਈ ਵਾਰੀ ਸਾਲ ਦੇ ਵਿੱਚ ਦੋ ਢੇੜੀ ਵੀ ਲੱਗ ਜਾਂਦੇ ਹਾਂ ਬਿਲਕੁਲ ਆਉਣਾ ਜਾਣਾ ਬਣਿਆ ਰਹਿੰਦਾ ਤੇ ਹੈ ਵੀ ਸਾਰਾ ਕੁਝ ਇੱਥੇ ਹੈਗਾ ਹਾਂ ਹੁੰਦਾ ਹੈ ਇਲੈਕਸ਼ਨ ਦੇ ਮਾਹੌਲ ਜਾਓ ਥੋੜੀ ਜਿਹੀ ਇਲੈਕਸ਼ਨ ਤੇ ਆਪਾਂ ਗੱਲ ਕਰਦੇ ਆਂ ਕੀ ਸੋਚਦੇ ਹੋ ਕਿ ਕਿਵੇਂ ਲੱਗ ਰਿਹਾ ਤੁਹਾਨੂੰ ਮਾਹੌਲ ਤੇ ਕੀ ਚਾਹੁੰਦੇ ਹੋ ਤੁਸੀਂ ਬੜਾ ਕੰਪਲਿਕੇਟਿਡ ਜਿਹਾ ਸਵਾਲ ਹੈ ਤੁਹਾਨੂੰ ਕੀ ਲੱਗਦਾ ਕਿਹੜੀ ਸਰਕਾਰ ਆਊ ਇਸ ਵਾਰੀ ਸਰਕਾਰ ਤਾਂ ਪਤਾ ਨਹੀਂ ਐਤ ਕੀ ਕੁਝ ਵੀ ਹੋ ਸਕਦਾ ਹਾਂਜੀ ਹਾਂਜੀ ਤੇ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਸਿਚੁਏਸ਼ਨ ਜਿਹੜੀ ਹੋਈ ਸੀਗੀ ਹੂੰ ਹੂੰ ਦਿੱਲੀ ਦਾ ਜਿਹੜਾ ਸੀਗਾ ਧਨਿਆਂ ਵਾਲਾ ਆਪਣਾ ਸਾਰਾ ਕੁਝ ਤੇ ਮੇਰੇ ਖਿਆਲ ਹੈ ਬਹੁਤੇ ਪੰਜਾਬੀਆਂ ਦੀ سپورਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਵੱਲੋਂ ਜ਼ਿਆਦਾ ਚੁਕਾ ਹੈਗਾ ਲੱਗਦਾ ਹੈ ਹਾਂਜੀ ਸਪੈਸ਼ਲੀ ਮਾਲਵੇ ਮਾਲਵਾ ਬੈਲਟ ਹੈ ਉਹਦਾ ਸਾਰੀ ਭਗਵੰਤ ਦੇ ਨਾਲ ਹੈ ਬਿਲਕੁਲ ਹਾਂਜੀ ਤੇ ਬਾਕੀ ਹੁਣ ਪਤਾ ਲੱਗੂਗਾ ਵੀ ਦੁਆਬੇ ਚੋਂ ਤੇ ਮਾਝੇ ਚੋਂ ਕੀ ਹੁੰਦਾ ਹਾਂਜੀ ਹਾਂਜੀ ਇਹਨਾਂ ਤੇ ਬਹੁਤ ਡਿਪੈਂਡ ਕਰਦਾ ਹਾਂ ਚਲੋ ਜਿਹੜਾ ਵੀ ਆਵੇ ਵਧੀਆ ਆਵੇ ਵਧੀਆ ਕੰਮ ਕਰੇ ਵਧੀਆ ਸੋਚੇ ਬਿਲਕੁਲ ਬਿਲਕੁਲ ਪੜ੍ਹਾਈ ਕਾਲਜ ਲਾਈਫ ਜਾਂ ਸਕੂਲ ਲਾਈਫ ਜਿਹੜੀ ਸੀ ਉਹਦੇ ਬਾਰੇ ਕੁਝ ਕੁਝ ਯਾਦਾਂ ਕੁਝ ਵਧੀਆ ਜੀਆਂ ਕਾਲਜ ਤਾਂ ਇਹੀ ਮੈਂ ਖਾਲਸਾ ਕਾਲਜ ਆਇਆ ਸੀਗਾ 10ਵੀਂ ਤੋਂ ਬਾਅਦ ਵਿੱਚ ਤੇ ਹੋਸਟਲ ਚ ਉੱਥੇ ਸੀਗੇ ਰੈਂਟ ਤੇ ਫਿਰ 12th ਕਰਕੇ ਉਸ ਤੋਂ ਬਾਅਦ ਵਿੱਚ ਮੈਂ ਬੰਬਈ ਚ ਲੱਗਿਆ ਸੀਗਾ ਅੱਛਾ ਬੰਬਈ ਉਹੀ ਜੋਬ ਜੋਬ ਹਾਂ ਉੱਥੇ ਚਲ ਗਿਆ ਸੀ ਉੱਥੋਂ ਡਾਈਵਿੰਗ ਲਈ ਚਲੇ ਗਏ ਤੇ ਤੇ ਹੁਣ ਹੁਣ ਫਿਰ ਹੁਣ ਫਿਰ ਜੌਬ ਵੱਲ ਆਉਣੇ ਆ ਕਿਉਂਕਿ ਉਹ ਕਿਦਾਂ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਡੀਪ ਸੀ ਡਾਈਵਿੰਗ ਹੈ ਕਿ ਐਕਚੁਅਲੀ ਉਹ ਆ ਕਿ ਉਹ ਮੈਂ ਜਿਨ੍ਹਾਂ ਇੱਕ ਦੋ ਨਾਲ ਗੱਲ ਕੀਤੀ ਨਾ ਕਿ ਉਹ ਫਿਸ਼ੇਸ ਹੁੰਦੀਆਂ ਤੇ ਉਹਨਾਂ ਦੇ ਜਿਵੇਂ ਬਸ ਵਿੱਚ ਐਦਾਂ ਨਹੀਂ ਆ ਬਟ ਤੁਸੀਂ ਕਿਵੇਂ نیچے ਜਾ ਕੇ ਕੋਈ ਵਰਕ ਕਰਨਾ ਹੁੰਦਾ ਹੈ ਡੀਪ ਸੀ ਚ ਹੈਨਾ ਤਾਂ ਉਹ ਕਿਦਾਂ ਥੋੜਾ ਜਿਹਾ ਉਹਦੇ ਬਾਰੇ ਦੱਸੋ ਇਹ ਐਕਚੁਅਲੀ ਜੌਬ ਹੈਗੀ ਆ ਇੱਕ ਤਾਂ ਹੁੰਦੀ ਆ ਡਾਈਵਿੰਗ ਸਪੋਰਟਸ ਡਾਈਵਿੰਗ ਹਮ ਹਮ ਬਹੁਤੇ ਲੋਕਾਂ ਨੂੰ ਸਪੋਰਟਸ ਡਾਈਵਿੰਗ ਦਾ ਪਤਾ ਹੈ ਆਮ ਟੀਵੀ ਤੇ ਚੱਲਦਾ ਰਹਿੰਦਾ ਤੇ ਹੌਲੀਡੇਜ਼ ਤੇ ਲੋਕ ਜਾਂਦੇ ਆ ਮਰੀਸ਼ੀਅਸ ਵਗੈਰਾ ਉੱਥੇ ਉਹ ਸ਼ੈਲੋ ਡਾਈਵਿੰਗ ਹੁੰਦੀ ਹੈ ਉਹ 10 8 10 ਫੁੱਟ ਦੇ ਵਿੱਚ ਡਾਈਵ ਕਰਾਉਂਦੇ ਆ ਅੱਛਾ ਤੇ ਇਹ ਜਿਹੜੀ ਸਾਡੇ ਵਾਲੀ ਹੈ ਇਹ ਕਮਰਸ਼ੀਅਲ ਡਾਈਵਿੰਗ ਹੈ ਤੇ ਇਹ ਹੁੰਦੀ ਹੈ ਔਇਲ ਫੀਲਡ ਦੇ ਵਿੱਚ ਅੱਛਾ ਅੱਛਾ ਜਿੱਥੇ ਤੇਲ ਨਿਕਲਦਾ ਔਇਲ ਰਿਗਸ ਹੁੰਦੇ ਆ ਆਇਲ ਰਿਗਸ ਇੰਸਟਾਲੇਸ਼ਨ ਫਿਰ ਪਾਈਪਲਾਈਨਸ ਹੁੰਦੀਆਂ ਆਇਲ ਆਇਲ ਪਾਈਪਲਾਈਨਸ ਉਹ ਉਹ ਸਾਰਾ ਸਾਡਾ ਕੰਮ ਹੈ ਪਾਣੀ ਦੇ ਵਿੱਚ ਜਿੰਨਾ ਕੰਮ ਹੈ ਪਾਈਪਲਾਈਨਸ ਲੇ ਕਰਨੀਆਂ ਰਿਪੇਅਰਿੰਗ ਕਰਨੀ ਈਵਨ ਕਟਿੰਗ ਵੈਲਡਿੰਗ ਐਕਸ-ਰੇਜ਼ ਇਨਸਪੈਕਸ਼ਨ ਉਹ ਸਾਰਾ ਕੁਝ ਕਰਦੇ ਆ ਅਸੀਂ ਅੱਛਾ ਜੀ ਤੇ ਡੀਪ ਸੀ ਦੇ ਵਿੱਚ ਐ ਹੁੰਦਾ ਕਿ ਅਸੀਂ ਐ ਨਹੀਂ ਹੈਗਾ ਵੀ ਜੰਪ ਕੀਤਾ ਤੇ ਪਾਣੀ ਚ ਚਲ ਗਏ ਕੰਮ ਕਰਕੇ ਉੱਪਰ ਆ ਗਏ ਕਿਉਂਕਿ ਅਸੀਂ ਬਹੁਤ ਥੱਲੇ ਜਾਂਦੇ ਆ ਤੇ ਉਹਦੇ ਵਿੱਚ ਫੇ ਜਿਹੜਾ ਪ੍ਰੈਸ਼ਰ ਪੈਂਦਾ ਬਾਡੀ ਤੇ ਉਹ ਇੰਨਾ ਜ਼ਿਆਦਾ ਹੁੰਦਾ ਕਿ ਜੇ ਤੁਸੀਂ 100 200 ਮੀਟਰ ਤੇ ਕੰਮ ਕਰਦੇ ਹੋ ਤੁਸੀਂ ਉੱਪਰ ਨਹੀਂ ਆ ਸਕਦੇ ਉਹਨੂੰ ਡੀਕੰਪਰੈਸ਼ਨ ਲਈ ਬਹੁਤ ਜ਼ਿਆਦਾ ਲੌਂਗ ਟਾਈਮ ਚਾਹੀਦਾ ਸੋ ਉਹਦੇ ਲਈ ਫਿਰ ਉਹ ਡਾਈਵਿੰਗ ਚੈਂਬਰਸ ਹੁੰਦੇ ਆ ਅੱਛਾ ਜੀ ਉਹ ਚੈਂਬਰਸ ਵਿੱਚ ਹੀ ਥੱਲੇ ਜਾਂਦੇ ਆ ਡਾਈਵਰ ਅੱਛਾ ਕੰਮ ਕਰਕੇ ਉੱਚੇ ਵਾਪਸ ਆ ਜਾਂਦੇ ਆ ਤੇ ਉਹ ਸੀਲ ਕਰ ਦਿੰਦੇ ਆ ਉੱਥੋਂ ਉਸੇ ਨੂੰ ਪਿਕ ਕਰਕੇ ਸ਼ਿਪ ਦੇ ਉੱਪਰ ਹੁੰਦੇ ਲਿਵਿੰਗ ਚੈਂਬਰਸ ਅੱਛਾ ਜੀ ਉਹ ਲਿਵਿੰਗ ਚੈਂਬਰਸ ਨਾਲ ਅਟੈਚ ਕਰ ਦਿੰਦੇ ਆ ਉਹਦੇ ਵਿੱਚ ਫਿਰ ਅਸੀਂ ਅੰਡਰ ਪ੍ਰੈਸ਼ਰ ਰਹਿੰਦੇ ਆ ਡਾਈਵਰਸ ਹੂੰ ਹੂੰ ਤੇ ਉਹ ਜਦੋਂ ਫੇਰ ਕੰਮ ਟੀਮ ਚੇਂਜ ਕਰਨੀ ਆ ਜਾਂ ਜਦੋਂ ਕੰਮ ਕੰਪਲੀਟ ਹੋ ਗਿਆ ਉਦੋਂ ਫਿਰ ਉਹ ਡੀਕੰਪਰੈਸ ਕਰਦੇ ਆ ਡਾਈਵਰਸ ਨੂੰ which takes like maybe 2 days 3 days 4 days 3-4 ਦਿਨ ਡੀਕੰਪਰੈਸ਼ਨ ਹੁੰਦਾ ਰਹਿੰਦਾ ਜੇ ਉਦੋਂ ਕੰਮ ਤੇ ਨਹੀਂ ਜਾਂਦੇ ਉਹਨਾਂ ਦਾ ਸਿਰਫ ਡੀਕੰਪਰੈਸ਼ਨ ਹੀ ਹੁੰਦਾ ਉਹਨੂੰ ਬਾਹਰ ਕੱਢਣ ਲਈ ਆ ਨਾਰਮਲ ਐਟਮੋਸਫੇਅਰ ਲਈ ਸੋ ਕਾਫੀ ਟੈਕਨੀਕਲ ਜੌਬ ਹੈ ਜਦੋਂ ਇਹ ਸਟਾਰਟ ਹੋਈ ਆ ਤੇ ਸਪੈਸ਼ਲੀ ਇੰਗਲੈਂਡ ਤੇ ਯੂਐਸ ਵਾਲਿਆਂ ਨੇ ਡਾਈਵਰਸ ਉੱਥੇ ਵਾਲਿਆਂ ਨੇ ਜ਼ਿਆਦਾ ਰਿਸਰਚ ਕੀਤੀ ਹੈ ਇਹਦੇ ਤੇ ਸਟਾਰਟਿੰਗ ਦੇ ਵਿੱਚ ਬੜੇ ਐਕਸੀਡੈਂਟ ਹੁੰਦੇ ਸੀਗੇ ਬੜੇ ਆ ਲੋਕਾਂ ਦੀ ਡਾਈਵਰਸ ਦੀ ਡੈਥ ਤੱਕ ਵੀ ਹੋਈਆਂ ਕਿਉਂਕਿ ਡੀਕੰਪਰੈਸ਼ਨ ਸਿਕਨੈਸ ਦਾ ਇੰਨਾ ਜ਼ਿਆਦਾ ਪਤਾ ਨਹੀਂ ਸੀਗਾ ਪਰ ਹੁਣ ਇੰਨਾ ਜ਼ਿਆਦਾ ਇਹਦੇ ਤੇ ਸਟੱਡੀ ਹੋ ਗਈ ਹੈ ਇੰਨੀ ਜ਼ਿਆਦਾ ਰਿਸਰਚ ਹੋ ਗਈ ਹੈ ਇਟਸ ਵੈਰੀ ਸੇਫ ਜਿਹੜਾ ਡੀਕੰਪਰੈਸ਼ਨ ਰੱਖਣਾ ਹੈ ਅੰਦਰ ਡਾਈਵਰਸ ਨੂੰ ਜਾਣਾ ਬਾਹਰ ਪ੍ਰੋਸੀਜਰਸ ਵਾਏ ਜੇ ਕਿਤੇ ਕੁਝ ਫਾਲਟ ਹੋ ਜAVE ਐਕਸੀਡੈਂਟ ਹੋ ਜAVE ਉਹ ਦੂਸਰੀ ਦੈਟਸ ਅਨਦਰ ਸਟੋਰੀ ਓਕੇ ਕੋਈ ਇਹੋ ਜੀ ਕੁਝ ਐੋ ਜੇ ਕੋਈ ਰੱਬ ਨਾ ਕਰੇ ਕੋਈ ਐਕਸੀਡੈਂਟ ਨੀਚੇ ਕਿਸੇ ਨਾਲ ਹੋਇਆ ਜਾਂ ਕੋਈ ਮਤਲਬ ਕੋਈ ਸਪੈਸ਼ਲ ਹੋਵੇ ਜਿਹੜਾ ਆਪਾਂ ਹਾਂਜੀ ਨਾ ਕਿ ਬੱਦ ਤੇ ਜਿਹੜਾ ਸੈਕਚੁਅਲੀ ਹਾਂ ਐਕਸੀਡੈਂਟ ਹੋਇਆ ਹ ਹ ਸਾਡੇ ਨਾਲ ਹੀ ਇੱਕ ਵੱਡਾ ਵੱਡਾ ਹਾਦਸਾ ਹੋਇਆ ਸੀਗਾ ਅਸੀਂ ਇਰਾਨ ਚ ਕੰਮ ਕਰ ਰਹੇ ਸੀਗੇ ਤੇ ਇੱਕ ਦੂਸਰਾ ਵੈਸਲ ਹੋਰ ਸੀਗਾ ਡਾਈਵਿੰਗ ਵੈਸਲ ਤੇ ਸੀਰਫ ਹੋ ਗਿਆ ਸੀ ਬਹੁਤ ਜ਼ਿਆਦਾ ਤੂਫਾਨ ਆ ਗਿਆ ਸੀ ਸਟਾਰਮ ਹਮ ਹਮ ਤੇ ਉਹ ਜਿਹੜਾ ਦੂਸਰਾ ਵੈਸਲ ਸੀਗਾ ਡਾਈਵਿੰਗ ਵੈਸਲ ਉਹ ਉੱਤੇ ਲੋਡ ਜ਼ਿਆਦਾ ਸੀਗਾ ਕਿਸੇ ਤਰ੍ਹਾਂ ਉਹ ਜਦੋਂ ਵਾਪਸ ਆ ਰਿਹਾ ਸੀਗਾ ਵੀ ਸਟਾਰਮ ਆ ਗਿਆ ਵਾਪਸ ਚਲੀ ਜਾਈਏ ਸੇਫ ਸੇਫ ਲੋਕੇਸ਼ਨ ਤੇ ਉਹ ਸੇਫ ਲੋਕੇਸ਼ਨ ਤੋਂ ਬਹੁਤ ਨੇੜੇ ਆ ਗਏ ਸੀ 8-9 ਮੀਲ ਤੇ ਉਦੋਂ ਜਦੋਂ ਉਹਨਾਂ ਨੇ ਟਰਨ ਕੀਤੀ ਤਾਂ ਉਹ ਵੈਸਲ ਟਰਨ ਕਰਕੇ ਡੁੱਬ ਗਿਆ ਆਹ ਉੱਥੇ ਕੋਈ 70-80 ਕਿਲੋਮੀਟਰ ਦੀ ਡੈਪਥ ਸੀਗੀ ਫਿਰ ਅਸੀਂ ਜਿਹੜੇ ਜਹਾਜ਼ ਤੇ ਸੀਗੇ ਈਰਾਨ 'ਚ ਹੀ ਸੀਗੇ ਸਾਨੂੰ ਮੈਸੇਜ ਆਇਆ ਕਿ ਬਈ ਜਹਾਜ਼ ਡੁੱਬ ਗਿਆ ਤੁਸੀਂ ਜਾਓ ਰੈਸਕਿਊ ਲਈ ਅਸੀਂ ਗਏ ਔਰ ਸਾਨੂੰ ਪਤਾ ਸੀਗਾ ਉਹਨਾਂ ਨੂੰ ਵੀ ਪਤਾ ਸੀਗਾ ਵੀ ਅਸੀਂ ਹੈਗੇ ਆ ਫੀਲਡ 'ਚ ਸਾਨੂੰ ਵੀ ਪਤਾ ਸੀਗਾ ਔਰ ਉਹ ਜਿਹੜੇ ਉਹਦੇ ਅੰਦਰ ਚੈਂਬਰਸ ਵਿੱਚ ਡਾਈਵਰ ਸੀਗੇ ਸੇ 6 6 ਡਾਈਵਰ ਅੰਦਰ ਸੀਗੇ ਉਹਨਾਂ ਨੂੰ ਕੋਈ ਮੌਕਾ ਨਹੀਂ ਮਿਲਿਆ ਕੱਢਣ ਦਾ ਉਹਦੇ ਸ਼ਿਪ ਦੇ ਨਾਲ ਹੀ ਥੱਲੇ ਚਲ ਗਏ ਹਾਂ ਹੋ ਤੇ ਉਹ ਸਾਰੇ ਡਾਈਵਰਸ ਮੈਨੂੰ ਜਾਣਦੇ ਸੀ ਹੂੰ ਹੂੰ ਈਵਨ ਇੱਕ ਡਾਈਵਰਸ ਜਿਹੜਾ ਆਪਣਾ ਸੀਗਾ ਅੰਬਾਲੇ ਕੋਲ ਦਾ ਉਹਦੇ ਵਿਆਹ ਦੇ ਉੱਤੇ ਮੈਂ ਸਟੇਜ ਵੀ ਲਈ ਸੀ ਫੰਕਸ਼ਨ ਕੀਤਾ ਸੀਗਾ ਉਹਦੀ ਮੈਰਿਜ ਤੇ ਹੂੰ ਹੂੰ ਤੇ ਉਹ ਵੀ ਮੁੰਡਾ ਅੰਦਰ ਹੀ ਸੀਗਾ ਹੂੰ ਹੂੰ ਫਿਰ ਅਸੀਂ ਗਏ ਉੱਥੇ ਜਾਣ ਨੂੰ ਸਾਨੂੰ ਟਾਈਮ ਲੱਗ ਗਿਆ ਸ਼ਿਪ ਨੂੰ ਲੱਭਣ ਨੂੰ ਟਾਈਮ ਲੱਗ ਗਿਆ ਸਟਾਰਮ ਆਇਆ ਸੀਗਾ ਫਿਰ ਜਦੋਂ ਅਸੀਂ ਕੱਢਿਆ ਉਹਨਾਂ ਨੂੰ ਉਦੋਂ ਤੱਕ ਉਹਨਾਂ ਦੀ 6 ਡੈਥ ਹੋ ਗਈ ਸੀ 6ਾਂ ਦੀ 6 ਸਾਰੇ ਹਾਂ ਡੈਥ ਹੋ ਗਈ ਸੀ ਉਹਨਾਂ ਨੂੰ ਅਸੀਂ ਰਿਕਵਰ ਕੀਤੀ ਉਹਨਾਂ ਦੀ ਬਾਡੀਜ਼ ਇੰਡੀਆ ਭੇਜੀਆਂ ਉਹ ਬੜਾ ਵੱਡਾ ਹਾਸਾ ਸੀਗਾ ਔਰ ਮੈਂ ਮੈਂ ਉਸ ਵੇਲੇ ਪੈਨਲ ਤੇ ਸੀਗਾ ਕੰਮ ਤੇ ਸੀਗਾ ਮੈਂ ਸੁਪਰਵਾਈਜ਼ਰ ਸੀਗਾ ਜਦੋਂ ਉਹਨਾਂ ਦੀਆਂ ਬਾਡੀਜ਼ ਰਿਕਵਰ ਕੀਤੀਆਂ ਐਂਡ ਮੇਰੀ ਬਾਡੀ ਸ਼ੇਕ ਕਰ ਰਹੀ ਸੀ ਗੱਲ ਸੀਗਾ ਕਿਉਂਕਿ ਸਾਰੇ ਆਪਣੇ ਸੀਗੇ ਆਪਣੇ ਸੀਗੇ ਔਰ ਕਾਫੀ ਸਾਲ ਤੱਕ ਮੇਰਾ ਉਹਦੇ ਨਾਲ ਮੈਨੂੰ ਜਿਹੜਾ ਸੀਗਾ ਡਿਪਰੈਸ਼ਨ ਸਟ्रेस ਵੀ ਰਿਹਾ ਹਾਂ ਇਹੋ ਜਿਹਾ ਹਾਦਸਾ ਵੇਖ ਇੱਕ ਦਿਨ ਨਹੀਂ ਲੱਗਦਾ ਤੁਹਾਡੇ ਅੱਖਾਂ 'ਚੋਂ ਵੀ ਪਾਣੀ ਆ ਗਿਆ ਮੈਂ ਬੜੀ ਸੋਚ ਕੇ ਆਈ ਨੂੰ ਨਾ ਐਦਾਂ ਕਦੀ ਐ ਨਹੀਂ ਸੋਚਿਆ ਕਿ ਬਹੁਤ ਬਹੁਤ ਡੇਂਜਰਸ ਕੰਮ ਹੈ ਬਹੁਤ ਹਾਰਡ ਵਰਕ ਹੈ ਤੁਹਾਨੂੰ ਹੈਗਾ ਚੈਲੈਂਜਿੰਗ ਹੈਗਾ ਯਾ ਪਰ ਫਿਰ ਤੁਸੀਂ ਯੂਜ਼ ਟੂ ਹੋ ਜਾਂਦੇ ਹੂੰ ਵੈਸੇ ਵੀ ਤੁਹਾਨੂੰ ਸ਼ੌਕ ਸੀ ਸ਼ੁਰੂ ਤੋਂ ਇਸ ਪਾਸੇ ਜਾਣ ਦਾ ਚਲੋ ਤੇ ਮੈਂ ਤੁਹਾਡੇ ਨਾਲ ਗੱਲ ਕਰਦੀ ਕਰਦੀ ਮੈਂ ਤੁਹਾਡੇ ਟੈਟੂ ਵੀ ਦੇਖ ਰਹੀ ਸੀ ਮੈਨੂੰ ਲੱਗਦਾ ਤੁਹਾਨੂੰ ਦੇਖ ਰਿਹਾ ਤੁਹਾਨੂੰ ਆਪਣੇ ਕੰਮ ਨਾਲ ਕਿੰਨਾ ਪਿਆਰ ਹੈ ਇਹ ਵੀ ਹਾਂ ਜੀ ਡਾਈਵਰ ਡਾਈਵਿੰਗ ਰਿਲੇਟਡ ਹੀ ਹੈ ਕਲੋਜ਼ ਕਰਕੇ ਦਿਖਾਓ ਡਾਈਵਰ ਹੈ ਵੀ ਜਾ ਰਿਹਾ ਹੂੰ ਹੂੰ ਸੋ ਹਾਂਜੀ ਜੀਵ ਦੇ ਵਿੱਚ ਅੱਛਾ ਉਹ ਕਿਉਂਕਿ ਉਹਦਾ ਇੱਕਦਮ ਦੇਖੋ ਤੇ ਪਤਾ ਨਹੀਂ ਲੱਗਦਾ ਤੇ ਜਦੋਂ ਹਾਂ ਦੇਖਦੇ ਹਾਂ ਇਹਦੇ ਤੋਂ ਝਲਕਦਾ ਹੈ ਕਿ ਤੁਹਾਨੂੰ ਕਿੰਨਾ ਚੰਗਾ ਲੱਗਦਾ ਆਪਣਾ ਕੰਮ ਵੈਸੇ ਵੀ ਕਿਸੇ ਵੀ ਕੰਮ ਕੋਈ ਵੀ ਤੁਸੀਂ ਕਰਦੇ ਹੋ ਜਿੰਨਾ ਚਿਰ ਤੁਸੀਂ ਉਹਨੂੰ ਆਪਣਾ 100% ਨਹੀਂ ਦਿੰਦੇ ਉਹਦੇ ਨਾਲ ਤੁਹਾਨੂੰ ਪਿਆਰ ਨਹੀਂ ਹੁੰਦਾ ਕੰਮ ਨਾਲ ਤਾਂ ਮੈਂ ਕਹਾਂਦਾ ਕਿ ਉਹ ਨਹੀਂ ਦਿੱਤਾ ਜਾ ਸਕਦਾ ਤੇ ਪਰ ਮੈਂ ਚਾਹੁੰਦੀ ਆ ਕਿ ਤੁਸੀਂ ਗਾਇਕੀ ਵਾਲੇ ਫੇਰ ਤੋਂ ਆਓ ਮੈਂ ਸੁਣਿਆ ਤੁਸੀਂ ਕੋਈ Song ਵਗੈਰਾ ਕਰ ਰਹੇ ਹੋ ਹਾਂਜੀ ਹੁਣ ਟੀਮ 뮤직 ਲਈ ਕਰ ਰਹੇ ਆ ਟੀਮ 뮤직 ਲਈ ਕਰ ਰਹੇ ਆ ਤੇ ਗੱਲ ਤੇ ਰੋਣੀ ਹੋਣਾ ਨੇ ਲਿਖਿਆ ਅੱਛਾ ਅੱਛਾ ਤੇ ਅੱਜ ਕੱਲ ਬੜਾ ਫਰਕ ਹੈ ਪਹਿਲਾਂ ਨਾਲੋਂ ਹੂੰ ਹੂੰ ਜੋਸ਼ ਦੇ ਨਾਲ ਗੱਲਬਾਤ ਹੋਈ ਜੋਸ਼ ਕੰ ਦਾ ਵੀ ਅੰਕਲ ਜੀ ਗਾਣਾ ਕਰਨਾ ਰਿਕਾਰਡ ਹੂੰ ਹੂੰ ਤੇ ਪਲਾਨ ਕਰਨ ਲੱਗ ਗਏ ਸਟੂਡੀਓ ਚ ਬੈਠੇ ਆ ਨਵੇਂ ਜਵਾ ਕਿੰਨੇ ਜਿਆਦਾ ਤੇਜ ਹੈ ਇੰਨੇ ਜਿਆਦਾ ਟੈਲੈਂਟਡ ਆ ਹਾਂ ਵੀ ਉਹ ਤੁਸੀਂ ਸਿਟਿੰਗ ਕਰ ਰਹੇ ਆ ਤੇ ਗਿੱਲ ਆ ਮੁੰਡਾ ਉਹ ਵੀ ਛੁੜੀਏ ਦਾ ਹਲਕਾ ਜਾਂ ਮੁੰਡਾ ਰੋਨੀ ਰੋਨੀ ਤੇ ਚੇਤ ਸਿੰਘ ਚੇਤ ਆਪਣਾ 뮤직 ਵੀ ਕਰਦਾ ਹੈ ਨਾ ਰਿਕਾਰਡਿਸਟ ਵੀ ਆ ਤੇ ਬੈਠਿਆਂ ਬੈਠਿਆਂ ਨੇ ਬਸ ਐਦਾਂ ਮਿੰਟਾਂ ਮਿੰਟਾਂ ਦੇ ਵਿੱਚ ਇਹ ਗਾਣਾ ਡਿਜ਼ਾਈਨ ਕਰਦਾ ਹੈ ਮਿੰਟਾਂ ਮਿੰਟਾਂ ਜਦ ਤੁਸੀਂ ਕਿੱਦਾਂ ਦਾ ਗਾਣਾ ਹੈ ਕਿੱਦਾਂ ਦਾ ਗਾਣਾ ਚਾਹੁੰਨੇ ਆ ਕਿੱਦਾਂ ਦਾ 뮤직 ਗੱਲਾਂ ਕਰਦਿਆਂ ਕਰਦਿਆਂ ਨੇ ਬਸ ਫਟਾਫਟੀ ਔਰ ਇੰਨਾ ਵਧੀਆ ਗੀਤ ਬਣ ਰਿਹਾ ਆ ਆਮ ਵੈਰੀ ਹੈਪੀ ਫਟਾਫਟ ਕਰਕੇ ਇਹ ਗਾਣੇ ਨੂੰ ਆ ਵੀਡੀਓ ਕਰਾਂਗੇ ਹਾਂ ਸੋ ਜਿਹੜਾ ਜਿਹੜਾ ਉਹ ਦੌਰ ਸੀ ਸਿੰਗਰਸ ਦਾ ਜਦੋਂ ਬਰਾਤ ਸਾਹਿਬ ਹੋ ਰਹੀ ਸੀਗੇ ਤੁਸੀਂ ਸਾਰੇ ਜਦੋਂ ਤੁਹਾਡੇ ਪਹਿਲੇ ਗਾਣੇ ਆਇਆ ਤੇ ਉਹਨਾਂ ਉਸ ਦੌਰ ਨੂੰ ਲੈ ਕੇ ਤੇ ਹੁਣ ਦੌਰ ਨੂੰ ਲੈ ਕੇ ਤੁਹਾਨੂੰ ਕਿੰਨਾ ਕੁ ਫਰਕ ਮਹਿਸੂਸ ਹੁੰਦਾ ਹੈ ਕਿ ਉਦੋਂ ਕਿਵੇਂ ਸੀ ਸਿੰਗਰਸ ਤੇ ਹੁਣ ਕਿੱਦਾਂ ਹੈਗਾ ਬਹੁਤ ਫਰਕ ਹੈ ਹੂੰ ਬਹੁਤ ਫਰਕ ਹੈ ਇੱਕ ਤਾਂ ਜਿਹੜਾ ਹੈਗਾ ਸਾਰਾ ਕੁਝ ਡਿਜੀਟਲ ਹੋ ਗਿਆ ਬਿਲਕੁਲ ਬਿਲਕੁਲ ਡਿਜੀਟਲ ਹੋ ਗਿਆ ਆ रिकॉर्डिंग्स ਵੀ ਸ਼ੇਅਰਿੰਗ ਵੀ ਤੇ ਉਦੋਂ ਕੋਈ ਵੀ ਤੁਸੀਂ ਐਲਬਮ ਪਲਾਨ ਕਰ ਰਹੇ ਆ ਉਹਦੇ ਲਈ ਟਾਈਮ ਵੀ ਜ਼ਿਆਦਾ ਲੱਗਦਾ ਸੀਗਾ ਰਿਕਾਰਡਿੰਗ ਲਈ ਟਾਈਮ ਜ਼ਿਆਦਾ ਲੱਗਣਾ ਫਿਰ ਕੰਪਨੀਆਂਸ ਤੇ ਬਹੁਤ ਜ਼ਿਆਦਾ ਡਿਪੈਂਡ ਸੀਗੇ ਕਈ ਵਾਰੀ ਕੰਪਨੀਆਂਸ ਨੇ ਐਲਬਮ ਲੈ ਕੇ ਰੱਖੀ ਰੱਖਣੀ ਕਈਆਂ ਸਿੰਗਰਾਂ ਦੀ ਹਾਂ ਕਿੰਨਾ ਕਿੰਨਾ ਚਿਰ ਪਤਾ ਹੀ ਨਾ ਹੋਣਾ ਉਹਨਾਂ ਨੂੰ ਫੋਨ ਕਰੀ ਜਾਣੇ ਲੈ ਵੀ ਕਦੋਂ ਰਿਲੀਜ਼ ਕਰਦੇ ਆ ਹਨਾ ਟੀਵੀ ਤੇ ਗਾਣਾ ਲਵਾਉਣ ਲਈ ਉਹ ਜਿਹੜੀਆਂ ਹੈਗੀਆਂ ਮੈਂ ਤਾਂ ਕਰਨੀਆਂ ਰਿਕੁਐਸਟ ਕਰਨੀ ਉਹ ਡਿਫਰੈਂਟ ਸੀਗਾ ਹੁਣ ਵਾਲਾ ਜਿਹੜਾ ਟੋਟਲੀ ਡਿਫਰੈਂਟ ਆ ਤੇ ਬਹੁਤ ਆਰਟਿਸਟ ਐ ਜਿਹਨਾਂ ਦੇ ਆਪਣੇ ਚੈਨਲ ਆ ਬਿਲਕੁਲ ਕੰਪਨੀਆਂਜ਼ ਆ ਆਪਣੇ ਕੰਪਨੀਆਂਜ਼ ਦੀਆਂ ਆਪਣੇ ਚੈਨਲਜ਼ ਆ ਸ਼ੇਅਰਿੰਗ ਹੁੰਦੀ ਆ ਤੇ ਜਿਹੜੀ ਵਧੀਆ ਚੀਜ਼ ਆ ਉਹ ਤਾਂ ਫਟਾਫਟ ਨਿਕਲ ਕੇ ਆਉਣੀ ਆ ਲੋਕਾਂ ਨੇ ਪਸੰਦ ਕਰਨੀ ਕਰਨੀ ਤੇ ਤੁਹਾਨੂੰ ਨਹੀਂ ਲੱਗਦਾ ਪਾਜੀ ਹੁਣ ਇਹ ਤਾਂ ਗੱਲ ਠੀਕ ਹੈ ਕਿ ਜਿੱਦਾਂ ਮੀਡੀਆ ਯੋਗ ਹੈ ਹੁਣ ਜਿੱਦਾਂ ਤਾਂ ਹੁਣ ਗਾਣਾ ਬਹੁਤ ਛੇਤੀ ਸਾਹਮਣੇ ਆ ਜਾਂਦਾ ਹੈ ਪਰ ਲੋਕ ਛੇਤੀ ਉਹ Song ਨੂੰ ਭੁੱਲ ਜਾਂਦੇ ਐਦਾਂ ਨਹੀਂ ਤੁਹਾਨੂੰ ਲੱਗਦਾ ਕਿ ਪਹਿਲਾਂ ਜਿਹੜੇ ਉਹ ਸਿੰਗਰ ਸੀ ਉਹਨਾਂ ਦੇ ਨਾਮ ਚੱਲਦਾ ਸੀ ਗਾਣੇ ਚੱਲਦੇ ਸੀ ਤਾਂ ਕਈ ਕਈ ਚਿਰ ਚੱਲੀ ਜਾਂਦੇ ਸੀ ਹੁਣ ਕੋਈ ਵੀ Song ਆਂਦਾ ਤਾਂ ਇੱਕ ਇੱਕ ਵੀਕ ਚੱਲਦਾ ਮੈਨੂੰ ਲੱਗਦਾ ਪੂਰਾ ਚੱਲਦਾ ਬੜੀ ਹਾਈਪ ਤੇ ਜਾ ਕੇ ਫਿਰ ਉਹ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦਾ ਜਾਂ ਕੁਝ ਇਹ ਕੁਝ ਡਿਫਰੈਂਸ ਜਿਹੜੇ ਹੈਗੇ ਆ ਉਹਨਾਂ ਬਾਰੇ ਇਹ ਹੈਗੇ ਆ I think ਇਹਦੇ ਇਹਦੇ ਕਈ ਰੀਜ਼ਨ ਆ ਹਮ ਹਮ ਮੇਬੀ ਇੱਕ ਵਨ ਆਫ ਦਾ ਬਿਗੇਸਟ ਰੀਜ਼ਨ ਇਜ਼ ਵੀ ਲਾਈਫ ਜਿਹੜੀ ਉਹ ਬਹੁਤ ਫਾਸਟ ਹੋ ਗਈ। ਹੂੰ ਹੂੰ। ਵੀ ਸਾਰੇ ਲੋਕ ਬਿਜ਼ੀ ਐ। ਹਾਂ। ਤੇ ਹਰ ਇੱਕ ਦੇ ਹੱਥ ਵਿੱਚ ਫੋਨ ਐ। ਹੂੰ। ਦੇਖੋ ਮੈਂ ਮੈਨੂੰ ਇਦਾਂ ਲੱਗਦਾ ਵੀ ਟੀਵੀ ਵੀ ਲੋਕ ਬਹੁਤ ਘੱਟ ਦੇਖਣ ਲੱਗੇ। ਹੂੰ ਹੂੰ। ਕਿ ਫੋਨ ਤੇ ਹੀ ਦੇਖੀ ਜਾਂਦੇ ਆ। ਹਾਂਜੀ। ਤੇ ਉਦੋਂ ਇਦਾਂ ਇੰਨਾ ਜ਼ਿਆਦਾ ਨਹੀਂ ਸੀਗਾ ਕਿ ਇੱਕ ਗਾਣਾ ਆ ਗਿਆ ਤੇ ਕਹਿਣਾ ਵੀ ਜਿੱਦਾਂ ਹੁਣ ਕੋਈ ਮੈਨੂੰ ਯਾਦ ਐ ਕਿਹੜਾ ਜਦੋਂ ਹੁਣ ਰਾਜ ਦਾ ਗਾਣਾ ਸੀਗਾ ਵੀ ਸਾਡੀ ਵਾਰੀ ਰੰਗ ਮੁਕਿਆ ਹੋਲੀ 11 ਨਾਲ ਖੇਢੀ ਤੂੰ ਬਥੇਰੀ ਹੋਲੀ ਦਾ ਟਾਈਮ ਸੀਗਾ ਨਾ ਫਿਰ ਮੋਰੇ ਸਾਰੀਆਂ ਗਰਮੀਆਂ ਉਹ ਗਾਣਾ ਉਹੀ ਵੱਜੀ ਜਾਣਾ ਵੱਜੀ ਗਿਆ ਹਾਂਜੀ ਤੇ ਇੰਨਾ ਜ਼ਿਆਦਾ ਹਿੱਟ ਹੋ ਜਾਣਾ ਜਿੱਦਾਂ ਹੁਣ ਜਿਹੜਾ ਸਰਦੂਲ ਭਾਜੀ ਹੁਣਾਂ ਦੇ ਸੀ ਉਸ ਨਾਲ ਦੇ ਮਾਲ ਕੋਸਤਾਇਆ ਨਾ ਕਰੂ ਇੱਕ ਇੱਕ ਸਾਲ ਨਹੀਂ ਕਈ 2 3 4 ਸਾਲ ਪੂਰਾ ਟੌਪ ਤੇ ਹਾਂ ਹੁਣ ਕੀ ਹੈ ਕਿ ਮੈਨੂੰ ਲੱਗਦਾ ਵੀ ਮੈਟਰ ਵੀ ਬਹੁਤ ਜ਼ਿਆਦਾ ਆਉਂਦਾ ਮੈਟਰ ਵੱਧ ਗਿਆ ਹੈਗੀ ਵਿਊਰਸ਼ਿਪ ਵੀ ਵਧੀਆ ਵਿਊਰਸ਼ਿਪ ਵੀ ਬਹੁਤ ਵਧੀਆ ਦੇਖਣ ਸੁਣਨ ਵਾਲੇ ਵੀ ਹੈਗੇ ਆ ਬੰਦੇ ਆ ਕਈ ਕਈ ਮਿਲੀਅਨਸ ਦੇ ਵਿੱਚ ਵੀਊ ਹੋ ਜਾਂਦੇ ਆ ਤੇ ਪਰ ਫਾਸਟ ਹੋ ਗਿਆ ਸਾਰਾ ਕੁਝ ਇਹੀ ਰੀਜ਼ਨ ਹੈ ਕਿ ਉਹ ਜਿਹੜੀ ਇੱਕ ਚੀਜ਼ ਆਉਂਦੀ ਆ ਚਲੀ ਜਾਂਦੀ ਆ ਹੋਰ ਆ ਜਾਂਦੀ ਚਲੀ ਜਾਂਦੀ ਆ ਸੋ ਮੈਨੂੰ ਲੱਗਦਾ ਹੈ ਇਦਾਂ ਹੈ ਹਾਂ ਬਿਲਕੁਲ ਤੇ ਸਰੋਤੇ ਜਿਹੜੇ ਹੈਗੇ ਆ ਉਹ ਕਿਵੇਂ ਪਹਿਲਾਂ ਵਧੀਆ ਸੀ ਕਿ ਹੁਣ ਵਧੀਆ ਸਰੋਤੇ ਤਾਂ ਹਮੇਸ਼ਾ ਹੀ ਵਧੀਆ ਤੁਹਾਨੂੰ ਚਾਹਣ ਵਾਲੇ ਹੋਣ ਹਾਂਜੀ ਹਾਂਜੀ ਬਿਲਕੁਲ ਸਰੋਤੇ ਯਾ ਸਰੋਤੇ ਤਾਂ ਪਿਆਰ ਕਰਦੇ ਆ ਜਿਹੜੀ ਚੰਗੀ ਚੀਜ਼ਾਂ ਨੂੰ ਚੰਗਾ ਆਰਟਿਸਟ ਆ ਉਹਨੂੰ ਰਿਸਪੈਕਟ ਕਰਦੇ ਆ ਹਰ ਇੱਕ ਹਰ ਇੱਕ ਆਰਟਿਸਟ ਦੀ ਇੱਕ ਆਪਣੀ ਪਛਾਣ ਹੈ ਆਪਣਾ ਸਟਾਈਲ ਹੈ ਮੈਨੂੰ ਲੱਗਦਾ ਹਰ ਉਹ ਉਹੀ ਆਰਟਿਸਟ ਦੀ ਜਿਹੜੀ ਆਪਣੀ ਪਛਾਣ ਹੈ ਉਹਦੇ ਹਿਸਾਬ ਨਾਲ ਹੀ ਸਰੋਤੇ ਬਿਹੇਵ ਕਰਦੇ ਆ ਹਾਂ ਕਈ ਆਰਟਿਸਟ ਇਦਾਂ ਦੇ ਆ ਜਿਨ੍ਹਾਂ ਦੇ ਇੰਨੇ ਪੱਕੇ ਕੱਟੜ ਸਰੋਤੇ ਆ ਵੀ ਜੋ ਮਰਜ਼ੀ ਕਰੀ ਜਾਵੇ ਹੂੰ ਚੰਗਾ ਲੱਗਦਾ ਉਹਦੀ ਹਾਂ ਉਹਨਾਂ ਨੂੰ ਚੰਗਾ ਲੱਗਣਾ ਉਹਦੀ ਰਿਸਪੈਕਟ ਕਰਨੀ ਹੈ ਤੇ کئی ਇਦਾਂ ਦੇ ਵੀ ਹੈਗੇ ਆ ਵੀ ਇਮੇਜ ਉਹਨਾਂ ਦਾ ਇਦਾਂ ਹੈਗਾ ਪਰ ਕਹਿੰਦੇ ਨਹੀਂ ਕੰਪੀਟੀਸ਼ਨ ਹੋ ਜਾਂਦਾ ਸਰੋਤ ਦੇ ਦੇਖੋ ਤੁਸੀਂ ਕਿਸੇ ਦਾ ਸੌਂਗ ਆਉਂਦਾ ਨਾ ਤਾਂ ਜੇ ਜਿੱਦਾਂ ਪੋਜ਼ਿਟਿਵ ਲਿਖਿਆ ਸਭ ਨੇ ਜਿਹੜੇ ਉਹਨਾਂ ਨੂੰ ਚਾਉਣ ਵਾਲੇ ਆ ਤਾਂ نیچے ਕਈ ਕਿਸੇ ਹੋਰ ਆਰਟਿਸਟ ਦੇ ਫੈਨ ਹੁੰਦੇ ਆ ਉਹਨਾਂ ਦੀ ਜਿੱਦਬਾਜੀ ਬਹੁਤ ਚੱਲਦੀ ਆ ਕਮੈਂਟਸ ਦੇ ਵਿੱਚ ਬੜਾ ਜ਼ਿਆਦਾ ਇੱਕ ਦੂਜੇ ਨੂੰ ਜਵਾਬ ਦਿੰਦੇ ਆ ਅਨਸਰ ਕਰਦੇ ਆ ਬਹੁਤ ਜ਼ਿਆਦਾ ਪਰ ਮੈਂ ਇਹ ਦੇਖਦੀ ਆ ਕਿ ਜਿਹੜੇ ਪੁਰਾਣੇ ਕਲਾਕਾਰ ਆ ਜਿਹੜੇ ਉਹਨਾਂ ਨੂੰ ਚਾਉਣ ਵਾਲੇ ਆ ਤਾਂ ਉਹ ਮਤਲਬ ਜਿੰਨੇ ਵੀ ਜਿੰਨੇ ਵੀ ਉਹ ਪੁਰਾਣੇ ਹੋ ਗਏ ਚਾਹੇ ਉਹਨਾਂ ਦੇ ਅੱਜ ਵੀ ਕਟੜ ਫੈਨ ਆ ਪੂਰੇ ਬਿਲਕੁਲ ਹਾਂ ਕਿਤੇ ਵੀ ਲੱਗੇ ਹੁਣ ਉਹ ਆਰਟਿਸਟਾਂ ਨੂੰ ਸੁਣਦੇ ਆ ਬਿਲਕੁਲ ਜਿੱਦਾਂ ਆਪਾਂ ਕੇ ਗੱਲ ਜੇ ਕਹੀਏ ਤਾਂ ਦੇਵੀ ਭਾਜੀ ਉਹਨਾਂ ਦੇ ਜੇ ਵੀ ਮਖਸੂਸਰੀ ਸਾਹਿਬ ਦੇ ਜਿਹੜੇ ਫੈਨ ਆ ਉਹ ਉਹਨਾਂ ਦੇ ਪੱਕੇ ਫੈਨ ਆ ਹਾਂ ਹਾਂਜੀ ਹਾਂਜੀ ਹਾਂ ਤੇ ਇਵੇਂ ਹੀ ਰਾਜ ਦਾ ਰਾਜਬਰਾਡ ਦੇ ਵੀ ਆਪਣੇ ਜਿਹੜੇ ਫੈਨ ਆ ਜਿਹੜੇ ਉਹਨਾਂ ਨੂੰ ਸੁਣਨ ਵਾਲੇ ਆ ਜਿਹੜੇ ਉਹਨਾਂ ਦੇ ਗੀਤ ਸੀ ਹੁਣ ਪੁੱਤ ਵਰ ਜਿਹੜੇ ਫੋਲਡ ਟਰੈਕਟਰ ਹਾਂਜੀ ਜਿਹੜੇ ਗਾਣੇ ਆ ਇਹ ਸਦਾ ਲਈ ਜਦ ਆਪਾਂ ਪਹਿਲਾਂ ਗੱਲ ਕਰਦੇ ਸੀ ਨਾ ਵੀ ਗਾਣੇ ਆਉਂਦੇ ਤੇ ਚਲੇ ਜਾਂਦੇ ਇਹ ਗਾਣੇ ਜਿਹੜੇ ਕਦੇ ਵੀ ਨਹੀਂ ਜਾਂਦੇ ਇਹ ਜਾਂਦੇ ਨਹੀਂ ਹਾਂ ਮੈਂ ਹੀ ਇਹੀ ਕੋਚ ਰਹੀ ਸੀ ਫਰਕ ਕਿ ਇਹ ਚੀਜ਼ ਹੈਗੀ ਆ ਪਹਿਲਾਂ ਹੈਗੀ ਆ ਹਾਂ ਪਹਿਲਾਂ ਤੇ ਹੁਣ ਚ ਬਸ ਇਹ ਫਰਕ ਹੈਗਾ ਹੈਗਾ ਗਾਣੇ ਤਾਂ ਹੁਣ ਵੀ ਬੜੇ ਸੋਹਣੇ-ਸੋਹਣੇ ਆਉਂਦੇ ਆ ਸੁਣ ਕੇ ਕਈ ਕੰਨਾਂ ਨੂੰ ਚੰਗੇ ਲੱਗਦੇ ਆ ਬਹੁਤ ਸੋਹਣੇ ਹੁੰਦੇ ਆ ਬਟ ਪਤਾ ਨਹੀਂ ਚਲੋ ਬਦਲਦਾ ਰਹਿੰਦਾ ਯੁੱਗ ਤੇ ਨਾਲ-ਨਾਲ ਥੋੜਾ ਆਪਣੇ ਆਪ ਨੂੰ ਵੀ ਬਦਲ ਲੈਣਾ ਚਾਹੀਦਾ ਹੈ ਬਿਲਕੁਲ ਆ ਜੇ ਮੈਂ ਬ੍ਰਾਦਰ ਸਾਹਿਬ ਦੀ ਗੱਲ ਕਰਾਂ ਮੈਂ ਪੁੱਛਣਾ ਚਾਹੂੰਗੀ ਕਿ ਕਿੰਨੇ ਕਲੋਸ ਸੀ ਤੁਹਾਡੇ ਮੈਂ ਸ੍ਰੋਤਿਆਲੇ ਪੁੱਛਣਾ ਚਾਹੂੰਗੀ ਐਕਚੁਅਲੀ ਯਾ ਬਹੁਤ 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 ਕਲੋਸ ਸੀਗੇ ਤੇ ਤੁਹਾਨੂੰ ਤਾਂ ਪਤਾ ਹੀ ਹੈ ਵੀ ਨਾ ਕਦੀ ਉਹਨਾਂ ਨੇ ਨਾ ਕਹੀ ਸੀ ਮੈਨੂੰ ਕਿਸੇ ਵੀ ਗੱਲ ਤੋਂ ਕਿਸੇ ਵੀ ਕੋਈ ਕੁਐਸਚਨ ਕਦੇ ਕੋਈ ਵੀ ਹੋਵੇ ਨਾ ਕਦੇ ਮੈਂ ਕਹੀ ਸੀ ਤੇ ਕਿਉਂਕਿ ਮੈਂ ਤੁਹਾਡੇ ਦੋਨਾਂ ਦਾ ਪਿਆਰ ਵੇਖਿਆ ਨਾ ਬਹੁਤ ਬਹੁਤ ਸਿੱਖ ਸੀਗੇ ਮੈਨੂੰ ਯਾਦ ਆ ਕੁਝ ਚੀਜ਼ਾਂ ਨਹੀਂ ਭੁੱਲਦੀਆਂ ਲਾਈਫ 'ਚ ਕਿਸੇ ਦੇ ਆਖੇ ਨਹੀਂ ਸੀ ਲੱਗ ਰਏ ਥੋੜੇ ਜਿੱਦੀ ਤਾਂ ਸੀਗੇ ਇਹ ਤਾਂ ਮੰਨਣਾ ਪਊ ਤੁਹਾਨੂੰ ਹਾਂਜੀ ਤਾਂ ਤੁਸੀਂ ਆਏ ਸੀ ਤੇ ਤੁਹਾਡੇ ਆਖੇ ਲੱਗੇ ਸੀ ਹਾਂ ਮੈਂ ਉਦੋਂ ਆਇਆ ਸੀਗਾ ਤੇ ਜਦੋਂ ਮੈਂ ਕੈਨੇਡਾ ਤੋਂ ਆਇਆ ਸੀਗਾ ਤੇ ਘਰੇ ਆਇਆ ਤਾਂ ਮੈਂ ਦੇਖ ਕੇ ਕਿਉਂਕਿ ਤੁਸੀਂ ਫੋਨ ਤੇ ਦੱਸਿਆ ਸੀਗਾ ਵੀ ਬਹੁਤ ਸਿੱਖ ਹੈ ਹੂੰ ਹੂੰ ਉਹਦੇ ਨਾਲ ਵੀ ਗੱਲ ਹੋਈ ਸੀ ਪਰ ਜਦੋਂ ਦੇਖਿਆ ਦੇਖ ਕੇ ਜੋ ਲੱਗਾ ਮੈਨੂੰ ਸ਼ੌਕ ਲੱਗਾ ਸੀ ਬਹੁਤ ਜ਼ਿਆਦਾ ਹੂੰ ਹੂੰ ਪਈ ਇਹ ਠੀਕ ਨਹੀਂ ਆ ਬਈ ਤੇ ਉਦੋਂ ਤੁਸੀਂ ਫਿਰ ਜਦੋਂ ਆਪਣੀ ਗੱਲ ਹੋਈ ਤੁਸੀਂ ਕਹਿੰਦੇ ਕਿ ਕਹਨੇ ਆਖੇ ਨਹੀਂ ਲੱਗਦੇ ਡਾਕਟਰ ਦੇ ਜਾਂਦੇ ਨਹੀਂ ਮੈਂ ਇਸ ਦਿਨ ਆਪਣੀ ਜਿੱਦ ਕਰਦੇ ਪਰ ਫਿਰ ਮੈਂ ਜਦੋਂ ਕਿਹਾ ਉਹਨਾਂ ਨੂੰ ਤੇ ਗੱਲਬਾਤ ਕੀਤੀ ਤੇ ਰੈਡੀ ਹੋ ਗਏ ਸੀ ਹਾਂ ਰੈਡੀ ਹੋ ਗਏ ਸੀ ਤੇ ਫਿਰ ਲੈ ਗਏ ਸੀ ਆਪਾਂ ਚੱਲ ਪਏ ਸੀਗੇ ਤੇ ਠੀਕ ਵੀ ਹੋ ਗਏ ਸੀਗੇ ਉਸ ਤੋਂ ਬਾਅਦ ਵਿੱਚ ਕੈਨੇਡਾ ਦਾ ਜਿਹੜਾ ਚੱਕਰ ਲੱਗਾ ਸੀ ਉਹਨਾਂ ਦਾ ਭਗਵੰਤ ਦੇ ਨਾਲ ਕੈਨੇਡਾ ਡੇ ਤੇ ਗਏ ਸੀਗੇ ਐਨ ਠੀਕ ਹੋ ਗਏ ਉੱਥੇ ਉਹਨਾਂ ਨੇ ਜਦੋਂ ਸਟੇਜ ਤੇ ਅਮ ਪਰਫਾਰਮ ਕੀਤਾ ਲੋਕਾਂ ਨੇ ਇੰਨਾ ਕਿ ਜ਼ਿਆਦਾ ਪਿਆਰ ਕੀਤਾ ਕਿ ਦੱਸਿਆ ਵੀ ਮੈਂ ਐਡਾ ਪ੍ਰੋਬਲਮ ਚ ਸੀ ਤੇ ਮੈਂ ਹੁਣ ਆਇਆ ਠੀਕ ਹੈ ਤੇ ਇਵਨ ਬੜੇ ਆਡੀਅנס ਨੇ ਬਹੁਤ ਪਿਆਰ ਕੀਤਾ ਸੀ ਐਨ ਉਹਨਾਂ ਦੀ ਇਹ ਕਮਬੈਕ ਸੀ ਜਿਹੜੀ ਕਿ ਬਹੁਤ ਵਧੀਆ ਸੀਗੀ ਤੇ ਪਰ ਉਹ ਚਲੋ ਮਰ ਪਰਮਾਤਮਾ ਨੂੰ ਨਹੀਂ ਸੀਗਾ ਬਹੁਤਾ ਜਿਆਦਾ ਲੰਬੀ ਟਾਈਮ ਜਿਹੜੀ ਸੀ ਨਹੀਂ ਚੱਲੀ ਉਹ ਤੇ ਸਾਰਾ ਕੁਝ ਸੀਗਾ ਇੱਕ ਪਾਸੇ ਇੱਕ ਉਮਰ ਛੋਟੀ ਲਿਖਾ ਗਿਆ ਇਹ ਕਿੰਨਾ ਮਿਸ ਕਰਦੇ ਉਹਨਾਂ ਹਾਂ ਬਹੁਤ ਜਿਆਦਾ ਬਹੁਤ ਮਿਸ ਕਰਦੇ ਮੈਂ ਵੀ ਬੜਾ ਯਾ ਅੱਛਾ ਤੁਸੀਂ ਮੈਨੂੰ ਬੱਚਿਆਂ ਬਾਰੇ ਦੱਸੋ ਹੁਣ ਕੁਝ ਬੱਚੇ ਕੀ ਕਰ ਰਹੇ ਆ ਅ ਬੇਟਾ ਦਲਾਵਰ ਅਮ ਇਹ ਤਸਰਹਣੀ ਹੈ ਹਾਂਜੀ ਤੇ ਉਹ ਇੰਗਲੈਂਡ ਦੇ ਵਿੱਚ ਲਾ ਕਰ ਰਿਹਾ ਹੂੰ ਹੂੰ ਲਾਸਟ ਈਅਰ ਹੈ ਅ ਹੁਣ ਕੰਪਲੀਟ ਹੋ ਜਾਣਾ ਤੇ ਬੇਟੀ ਆ ਉਥੇ ਟੋਰਾਂਟੋ ਯੂਨੀਵਰਸਿਟੀ ਤੋਂ ਡਿਗਰੀ ਕਰ ਰਹੀ ਹੋਗੀ ਕੰਪਲੀਟ ਹੋ ਜਾਣਾ ਜੇ ਬੇਟੇ ਨੂੰ ਹੈਗਾ ਕੋਸ਼ਿਸ਼ ਜੌਬ ਦਾ ਜਾੰਗਾ ਇੱਕੀ ਵੱਲੋਂ ਦਾ ਕੁਝ ਚੁਕਾ ਥੋੜਾ ਬਹੁਤ ਹੈਗਾ ਨਹੀਂ ਸਿੰਕਿੰਗ ਵਾਲ ਨਹੀਂ ਹੈਗਾ ਡਾਈਵਿੰਗ ਦਾ ਉਹਨੇ ਮੈਨੂੰ ਇੱਕ ਵਾਰੀ ਕਿਹਾ ਸੀ ਅੱਛਾ ਜਦੋਂ ਆ ਲਾ ਦਾ ਜਦੋਂ ਯੂਨੀਵਰਸਿਟੀ ਗਿਆ ਇਸ ਤੋਂ ਪਹਿਲਾਂ ਮੈਨੂੰ ਇੱਕ ਵਾਰੀ ਉਹਨੇ ਕਿਹਾ ਸੀ ਵੀ ਵੀ ਮੈਂ ਡਾਈਵਰ ਬਣ ਸਕਦਾ ਮੈਂ ਕਿਹਾ ਨਹੀਂ ਡਾਈਵਰ ਬਣਦਾ it could i will both a family हां चलो जट्टਾਂ ਦੇ ਮੁੰਡੇ ਵਕੀਲ ਮੈਨੂੰ ਕਾ ਵਧੀਆ ਲੱਗਦੇ ਆ ਹਾਂ so he is going to be lot ਮੈਨੂੰ ਲੱਗਦਾ ਘਾਟਾ ਚੰਗਾ ਸਗੋ ਲਾਇਰ ਬਣਤਾ ਵਧੀਆ ਗੱਲ ਹੈ ਹਾਂਜੀ ਹਾਂ ਹਾਂ ਇਧਰ ਵੈਸੇ ਦੁਆਬੇ 'ਚ ਤਾਂ ਮੈਨੂੰ ਲੱਗਦਾ ਹੋਣਗੇ ਦੁਆਬਾ ਸਾਰਾ ਬਾਰ ਹੀ ਚਲਾ ਗਿਆ ਮਨ ਲਾਦਾ ਹੈ ਨਾ ਹੁਣ ਤਾਂ ਮਾਲਵਾ ਸਭ ਤੋਂ ਪਹਿਲਾਂ ਦੁਆਬੇ ਨੇ ਜਾਣਾ ਸਟਾਰਟ ਕੀਤਾ ਹਾਂ ਪਰ ਹੁਣ ਤਾਂ ਮਾਲਵਾ ਵੀ ਪੂਰਾ ਬਾਰ ਹੀ ਹੁਣ ਤਾਂ ਅੰਦਰ ਮਾਜਾ ਮਾਲਵਾ ਸਭ ਹੁਣ ਤਾਂ ਪਾਜੀ ਜਿਹੜਾ ਅੱਜਕੱਲ ਚਲੋ ਗੱਲ ਚੱਲੀ ਸਗੋ ਤੁਹਾਨੂੰ ਪੁੱਛ ਲੈਣੀ ਕਿ ਜਿਹੜਾ ਬੱਚੇ ਆਈਲੈਸ ਕਰ ਕਰਕੇ ਸੋਚ ਰਿਆ ਗਿਆ ਸੀ ਬਾਰਿਸ਼ ਸੈੱਟ ਹੋਣਾ ਬਾਹਰ ਜਾਣਾ ਇੰਨਾ ਕ੍ਰੇਜ਼ ਇਹ ਚੰਗਾ ਹੈ ਕਿ ਮਾੜਾ ਆ ਸਭ ਛੱਡ ਛੱਡ ਤੁਰੇ ਜਾਂਦੇ ਆ ਮਾੜਾ ਨਹੀਂ ਕਹਿ ਸਕਦੇ ਹੂੰ ਹੂੰ ਕਿਉਂਕਿ ਇਹ ਕਈ ਵਾਰੀ ਆਰਗੂਮੈਂਟਸ ਹੋ ਜਾਂਦੀਆਂ ਬੈਠਿਆਂ ਦੇ ਵਿੱਚ ਕਈ ਵਾਰੀ ਅਸੀਂ ਫਿਰ ਕਈ ਵਾਰੀ ਨਹੀਂ ਆਪਣੇ ਜਿਹੜੇ ਨਹੀਂ ਬੋਲੀਦਾ ਇੱਕ ਫਾਇਦਾ ਨਹੀਂ ਕਿ ਹੈ ਕਿ ਕਈ ਬੰਦੇ ਆਪਣੇ ਆਪਣੇ ਥੀਵਿਊਜ਼ ਹੈ ਹਰ ਇੱਕ ਦੇ ਪਰ ਮੈਨੂੰ ਇਹ ਲੱਗਦਾ ਹੈ ਕਿ ਫਿਰ ਪੰਜਾਬ ਦੇ ਵਿੱਚ ਸਾਡੇ ਕੋਲ ਨਾ ਤਾਂ ਕੋਈ ਇੰਡਸਟਰੀ ਹੈ ਬਿਗ ਸਕਿਲ ਸਮਾਲ ਸਕੇਲ ਇੰਡਸਟਰੀ ਹੈ ਅਸੀਂ ਹੈਗੇ ਵੀ ਜਿਹੜਾ ਸਾਡਾ ਸਟੇਟ ਆ ਇਹ ਚਾਰੇ ਪਾਸਿਓਂ ਲੈਂਡ ਦੇ ਨਾਲ ਹੈ ਸਾਡੇ ਕੋਲ ਕੋਈ ਪੋਰਟ ਨਹੀਂ ਹੈ ਜਿਦਾਂ ਗੁਜਰਾਤ ਕੋਲ ਹੈ ਮਹਾਰਾਸ਼ਟਰ ਕੋਲ ਹੈ ਹਾਂਜੀ ਤੇ ਉਹੀ ਜਿਹੜਾ ਬਿਜ਼ਨਸ ਨਾ ਪਾਕਿਸਤਾਨ ਨਾਲ ਹੋ ਸਕਦਾ ਉਹ ਵੀ ਲਿミਟਿਡ ਹੈ ਹਾਂ ਸਰਕਾਰਾਂ ਦੀਆਂ ਆਪਣੀਆਂ ਨੀਤੀਆਂ ਨੇ ਸੋ ਉਹੀ ਪੰਜਾਬੀਆਂ ਨੇ ਕਰਨਾ ਕੀ ਹੈ ਹੂੰ ਖੇਤੀ ਪ੍ਰਧਾਨ ਹੂੰ ਆਪਣਾ ਸਟੇਟ ਆ ਹੂੰ ਤੇ ਜ਼ਮੀਨਾਂ ਵੰਡ ਹੋਈ ਜਾਂਦੀਆਂ ਹਾਂਜੀ ਹਾਂਜੀ ਫਿਰ ਕੀ ਕਰਨਗੇ ਜਿਹੜੀ ਯੰਗ ਜਨਰੇਸ਼ਨ ਹੈ ਇੱਥੇ ਮੈਨੂੰ ਮੈਂ ਤਾਂ ਕਦੇ ਅੱਜ ਤੱਕ ਨਹੀਂ ਸੁਣਿਆ ਵੀ ਲੇ ਵੀ ਆ জব ਦੀ ਵਰਕਸ਼ਾਪ ਲੱਗੀ ਹੋਈ ਆ ਵੀ ਤੁਹਾਨੂੰ ਜਿਹੜੇ ਨਵੀਂ ਜਨਰੇਸ਼ਨ ਐ ਪੜ ਰਹੇ ਆ ਯੂਨੀਵਰਸਿਟੀ ਚ ਜਾਂ ਪਾਸ ਹੋ ਰਹੇ ਆ ਉਹ ਕੋਈ জব ਵਰਕਸ਼ਾਪ ਲੱਗ ਰਹੀਆਂ ਆ ਵੀ ਉਹਨਾਂ ਨੂੰ ਗਾਈਡ ਕਰਨ ਵੀ ਤੁਸੀਂ ਕਿੱਧਰ ਜਾ ਸਕਦੇ ਆ ਕਿੱਧਰ ਨਹੀਂ ਜਾ ਸਕਦੇ ਮੈਂ ਨਹੀਂ ਸੁਣਿਆ ਨਹੀਂ ਹੈ ਨਹੀਂ ਜਦ ਕਿ ਕੈਨੇਡਾ ਜਿਹੜਾ ਅਸੀਂ ਉੱਥੇ ਰਹਿੰਦੇ ਆ ਉੱਥੇ ਵਰਕਸ਼ਾਪਸ ਲੱਗਦੀਆਂ ਹਾਂਜੀ ਤੁਸੀਂ ਇਦਾਂ ਦੇ ਆਫਿਸ ਐ ਗਵਰਨਮੈਂਟ ਦੇ ਆਫੀਸਿਸ ਐ ਤੁਸੀਂ ਜਾਓ ਉਹਨਾਂ ਨੂੰ ਜਾ ਕੇ ਤੁਸੀਂ ਅਪਾਇੰਟਮੈਂਟ ਬਣਾ ਕੇ ਜਾਓ ਉਹਨਾਂ ਨੂੰ ਪੁੱਛੋ ਭਈ ਮੇਰੇ ਕੋਲ ਆਹ ਆ ਭਈ ਮੈਂ ਦੱਸੋ ਕੀ ਕਰ ਸਕਦਾ ਜਾਂ ਮੈਂ ਕੀ ਕਰ ਸਕਦੀ ਹਾਂ ਸੋ ਉਹ ਤੁਹਾਨੂੰ ਗਾਈਡ ਕਰਦੇ ਆ ਐਡਵਾਈਸ ਕਰਦੇ ਆ ਇਵਨ ਤੁਹਾਨੂੰ ਪੜਨ ਲਈ ਹੈਲਪ ਕਰਦੇ ਆ ਤੇ ਇੱਕ ਉੱਥੇ ਇਦਾਂ ਦਾ ਵੀ ਮਾਹੌਲ ਐ ਭਈ ਇਵਨ ਬੱਚੇ ਆ ਜਿਹੜੇ ਕਈ ਵਾਰੀ ਗ੍ਰੇਡ 9 ਨੌਵੀਂ ਤੋਂ ਲੈ ਕੇ ਇਹੀ ਸ਼ੁਰੂ ਹੋ ਜਾਂਦੇ ਕੰਮ ਕਰਨਾ ਅੱਛਾ ਜੀ ਹਾਂ ਪਾਰਟ ਟਾਈਮ ਜੌਬਸ ਨਾਲੇ ਪੜੀ ਜਾਣਾ ਖਾਚਾ ਚੱਕੀ ਜਾਣਾ ਆਪਣਾ ਤੇ ਉਹ ਜੌਬ ਦੀ ਕਰਨ ਦੀ ਯੂਜ਼ ਟੂ ਵੀ ਹੋ ਜਾਂਦੇ ਆ ਉਹਨਾਂ ਨੂੰ ਆਦਤ ਪੈ ਜਾਂਦੀ ਆ ਤੇ ਜਿਹੜੇ ਆਪਣੇ ਹੁਣ ਪੰਜਾਬ ਤੋਂ ਬੱਚੇ ਜਾ ਰਹੇ ਆ ਇਹ ਤਾਂ ਬਹੁਤ ਮਿਹਨਤ ਕਰਦੇ ਆ ਜਾ ਕੇ ਹਾਂਜੀ ਉੱਥੇ ਉੱਥੇ ਕੰਮ ਦੀ ਅਹਿਮੀਅਤ ਉਹਨਾਂ ਨੂੰ 9th ਤੋਂ ਹੀ ਪਤਾ ਲੱਗ ਜਾਂਦੀ ਆ ਤੇ ਇੱਥੇ ਐਕਚੁਅਲੀ ਇਹ ਹੁੰਦਾ ਕਿ ਪਾਣੀ ਵੀ ਨਹੀਂ ਚੁੱਕ ਕੇ ਬੱਚੇ ਪੀਂਦੇ ਮੈਨੂੰ ਐ ਲੱਗਦਾ ਆਦਤ ਵੀ ਨਹੀਂ ਹੁੰਦੀ ਉਹਨਾਂ ਨੂੰ ਤਾਂ ਫਿਰ ਉਹ ਜਾ ਕੇ ਉਹਨਾਂ ਲਈ ਮੁਸ਼ਕਲ ਹੁੰਦੀ ਆ ਨਾ ਇਹ ਚੀਜ਼ ਕਿਦਾਂ ਤੁਸੀਂ ਤਾਂ ਦੇਖਦੇ ਹੋਵੋਗੇ ਜਦੋਂ ਉੱਥੇ ਬੱਚੇ ਪਹੁੰਚਿਆ ਤਾਂ ਕਿੰਨਾ ਬਿਲਕੁਲ ਕਈ ਮੁਸ਼ਕਲ ਹੁੰਦੀ ਆ ਹੂੰ ਹੂੰ ਆ ਕਿਉਂਕਿ ਕਈ ਵਾਰੀ ਜੌਬਸ ਟਫ ਹੁੰਦੀਆਂ ਹੂੰ ਤੇ ਜਦੋਂ ਤੁਸੀਂ ਆਪਣਾ ਘਰ-ਬਾਰ ਛੱਡ ਕੇ ਦੂਜੀ ਜਗ੍ਹਾ ਤੇ ਜਾਂਦੇ ਆ ਹੂੰ ਹੂੰ ਤੇ ਨੈਚੁਰਲੀ ਆ ਕਿ ਸੈਟਲ ਹੋਣਾ ਤੇ ਲੈਂਗੁਏਜ ਈਵਨ ਆਇਲਟਸ ਦੀ ਪਰ ਵੀ ਲੈਂਦੇ ਆ ਪਰ ਪ੍ਰੋਫੀਸ਼ੈਂਸੀ ਇੰਗਲਿਸ਼ ਵਿੱਚ ਇੰਨੀ ਨਹੀਂ ਨਹੀਂ ਹਾਂ ਜੀ ਪੰਜਾਬੀਆਂ ਦਾ ਤੰਗ ਹੀ ਰਹਿੰਦਾ ਹੈ ਬਿਲਕੁਲ ਉੱਥੇ ਜਾ ਕੇ ਵਧੀ ਹੁੰਦੇ ਤੇ ਪਰ ਦੇਖਿਆ ਥੋੜੇ ਬਹੁਤ ਬੱਚਿਆਂ ਨੂੰ ਛੱਡ ਗਏ ਜਿਹੜੇ ਕਈ ਵਾਰੀ ਆਪਾਂ ਸੁਣਦੇ ਆਂ ਵੀ ਉਹ ਲੜ ਪਏ ਆ ਹੋ ਗਿਆ ਉਹ ਹੋ ਗਿਆ ਉਹ ਬਹੁਤ ਥੋੜੇ ਹੁੰਦੇ ਨੇ ਪਰ ਜਿਹੜੇ ਮੈਕਸਿਮਮ ਆ ਮੁੰਡੇ ਆ ਈਵਨ ਕੁੜੀਆਂ ਵੀ ਆ ਬਹੁਤ ਮਿਹਨਤ ਕਰਦੇ ਨੇ ਮਿਹਨਤ ਬਹੁਤ ਕਰਦੀ ਆ ਬਹੁਤ ਮਿਹਨਟ ਹਾਰਡ ਵਰਕ ਤੇ ਕਈ ਮੈਂ ਕਈਆਂ ਨੂੰ ਜਾਣਦਾ ਜਿਹੜੇ ਹੁਣ ਐਂ ਦੱਸਦੇ ਆ ਵੀ ਜਦੋਂ ਕੈਨੇਡਾ ਆਏ ਸੀਗੇ ਸਾਡੇ ਘਰਦਿਆਂ ਨੇ ਪੈਸੇ ਚੱਕੀ ਖਾ ਜਦੋਂ ਲੋਨ ਚੱਕਿਆ ਤੇ ਉਹ ਅਸੀਂ ਅਸੀਂ ਉਹ ਉਹ ਵੀ ਉਹ ਵੀ ਪੇ ਕਰਦੇ ਆ ਹੈਗੇ ਆ ਬਹੁਤ ਹਾਂਜੀ ਹਾਂਜੀ ਤੇ ਮੈਂ ਜਾਣਦਾ ਹਾਂ ਕਿ ਕੰਸਟਰਕਸ਼ਨ ਵਿੱਚ ਕੰਮ ਕਰਦੇ ਆ ਮੁੰਡੇ ਜਿਹੜੇ ਪੜਨ ਜਾਂਦੇ ਆ ਉੱਥੇ ਪੜਦੇ ਆ ਉਹ ਛੱਤਾਂ ਤੇ ਕੰਮ ਕਰਨ ਦੇ ਹੁੰਦੇ ਬਿਲਕੁਲ ਬਿਲਕੁਲ ਸੋ ਸਲੂਟ ਆ ਉਹਨਾਂ ਨੂੰ ਹਾਂ ਨਹੀਂ ਮਿਹਨਤ ਕਰਦੇ ਆ ਬੱਚੇ ਕਿਉਂਕਿ ਜਿਨ੍ਹਾਂ ਨੂੰ ਪਤਾ ਹੁੰਦਾ ਸੀ ਇੱਥੋਂ ਹੀ ਸਾਰਾ ਕੁਝ ਸਮੀਟ ਕੀ ਤੇ ਸਾਨੂੰ ਭੇਜ ਦਿੱਤਾ ਹੈ ਉੱਥੇ ਤਾਂ ਉਹਨਾਂ ਫਿਰ ਉਹ ਕੁਝ ਨਾ ਕੁਝ ਕਰਦੀ ਆ ਬਿਲਕੁਲ ਹਾਂ ਬੜੇ ਮੁੰਡੇ ਆ ਜਿਹੜੇ ਯੰਗ ਜਿਹੜੇ ਹੈਗੇ ਆ ਈਵਨ ਬੜੀ ਫਾਸਟ ਉਹਨਾਂ ਨੇ ਕੰਮ ਕਰਕੇ ਬਿਜ਼ਨੈਸੇਸ ਵੀ ਸੈੱਟ ਕਰ ਲਏ ਹਾਂਜੀ ਹਾਂ ਸੋ ਨਹੀਂ ਇਹ ਜਿਹੜੀ ਤੁਸੀਂ ਵਰਕਸ਼ਾਪ ਵਾਲੀ ਗੱਲ ਕੀਤੀ ਨਾ ਮੈਨੂੰ ਬੜੀ ਵਧੀਆ ਲੱਗੀ ਇਹ ਇੱਥੇ ਵੀ ਚਾਹੀਦੀਆਂ ਮੈਂ ਤੁਹਾਨੂੰ ਉਹੀ ਗੱਲ ਕਹਿ ਰਹੀ ਸੀ ਜਿਵੇਂ ਪਹਿਲਾਂ ਮੈਂ ਕਿਹਾ ਕਿ ਕੁਝ ਕੁ ਜੌਬ ਨੂੰ ਛੱਡ ਕੇ ਹੋਰ ਜੌਬਸ ਬਾਰੇ ਪਤਾ ਹੀ ਨਹੀਂ ਹੈਗਾ ਇੱਥੇ ਕਿਸੇ ਨੂੰ ਹਾਂ ਗਾਈਡੈਂਸ ਜਿਵੇਂ ਤੁਹਾਡੇ ਵਾਲੀ ਵੀ ਮੈਨੂੰ ਲੱਗਦਾ ਕੁਝ ਕੁ ਲੋਕਾਂ ਨੂੰ ਪਤਾ ਹੈ ਜਿੱਦਾਂ ਬਹੁਤ ਘੱਟ ਲੋਕ ਇਸ ਜੌਬ ਬਾਰੇ ਜਾਣਦੇ ਆ ਹਾਂਜੀ ਬਿਲਕੁਲ ਤਾਂ ਵਰਕਸ਼ਾਪਸ ਲੱਗਣੀਆਂ ਚਾਹੀਦੀਆਂ ਮੈਨੂੰ ਲੱਗਦਾ ਥੋੜ੍ਹਾ ਜਿਹਾ ਸਰਕਾਰ ਆਪਦੀਆਂ ਨੀਤੀਆਂ ਨੂੰ ਬਦਲੇ ਤਾਂ ਸ਼ਾਇਦ ਬੱਚੇ ਇੱਥੇ ਵੀ ਰੁਕਣਾ ਪਸੰਦ ਕਰਨ ਪਰ ਫਿਲਹਾਲ ਤਾਂ ਕੋਈ ਨਹੀਂ ਸਭ ਸਭ ਕਹਿੰਦੇ ਕਿ ਸ਼ਾਇਦ ਉਹ ਚੰਗਾਈ ਸੋਚ ਕੇ ਜਾਂਦੇ ਆਪਦਾ ਬਿਲਕੁਲ ਹਾਂਜੀ ਹਾਂਜੀ ਮਾਈਗ੍ਰੇਸ਼ਨ ਹਿਊਮਨ ਨੇਚਰ ਹੈ ਜਦੋਂ ਦੀ ਹਿਸਟਰੀ ਹੈ ਵਰਲਡ ਹਿਸਟਰੀ ਹੈ ਉਦੋਂ ਤੋਂ ਹੀ ਲੈ ਕੇ ਜੇ ਤੁਸੀਂ ਬੈਕ ਜਾਓ ਭੀ ਵਰਲਡ ਹਿਸਟਰੀ ਦੇ ਜੇ ਦੇਖੋ ਤਾਂ ਵਰਲਡ ਦੇ ਵਿੱਚ ਦੁਨੀਆ 'ਚ ਮਾਈਗ੍ਰੇਸ਼ਨ ਹੁੰਦੀ ਰਹੀ ਹੈ। ਹਮਮ। ਦਾ ਅਫਰੀਕਾ ਤੋਂ ਏਸ਼ੀਆ ਨੂੰ ਲੋਕ ਆਏ, ਏਸ਼ੀਆ ਤੋਂ ਯੂਰਪ ਨੂੰ, ਯੂਰਪ ਤੋਂ ਜਿਹੜਾ ਉਹ ਸਾਰਾ ਇਹ ਮਾਈਗ੍ਰੇਸ਼ਨ ਹੁੰਦੀ ਆ ਜਦੋਂ ਇਹ ਇਨਸਾਨ ਨੂੰ ਲੱਗਦਾ ਹੈ ਕਿ ਵੀ ਇੱਥੇ ਨਾਲੋਂ ਆਹ ਜਗ੍ਹਾ ਵਧੀਆ ਹੈ। ਹਮਮ। ਵੀ ਉੱਥੇ ਜ਼ਿਆਦਾ ਆਪਰਚੂਨਿਟੀਆਂ ਹੈ। ਫਿਰ ਉਧਰ ਨੂੰ ਝਕਾ ਵਧਦਾ। ਬਿਲਕੁਲ। ਯੂ نو ਸੋ ਮੇਰਾ ਖਿਆਲ ਹੈ ਹੀ ਰੀਜ਼ਨ ਆ। ਹਾਂਜੀ ਤੁਸੀਂ ਬੱਚਿਆਂ ਨੂੰ ਕੁਝ ਮਤਲਬ ਮੈਨੂੰ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਲੱਗਦਾ ਕੋਈ ਸਟੂਡੈਂਟਸ ਸੁਣਦੇ ਹੋਣਗੇ ਇੱਥੋਂ ਦੇ ਰਹਿਣ ਵਾਲੇ ਵੀ ਜਾਂ ਕੁਝ ਤੇ ਤੁਸੀਂ ਕੁਝ ਸੁਜੈਸਟ ਕਰ ਸਕਦੇ ਹੋ ਉਹਨਾਂ ਨੂੰ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਕਿਦਾਂ ਬਾਹਰ ਜਾਣਾ ਜਾਂ ਇੱਥੇ ਜਾਂ ਕੁਝ ਕਿਉਂਕਿ ਨਵੀਂ ਜਨਰੇਸ਼ਨ ਅੱਗੇ ਅੱਗੇ ਤਾਂ ਇਹਨਾਂ ਦੇ ਹੱਥ ਹੀ ਹੋਣਾ ਸਾਰਾ ਕੁਝ ਪਰਮਾਤਮਾ ਕਰੇ ਚੰਗਾ ਚੰਗਾ ਹੋਵੇ ਤਾਂ ਕੁਝ ਵੈਸੇ ਚਾਰ ਕੋਈ ਸੰਜੇ ਕਰਨੇ ਹੋਣ ਇਹਨਾਂ ਨੂੰ ਨਹੀਂ ਐ ਤਾਂ ਜਿਹੜੇ ਇੱਥੇ ਵੀ ਸੈਟਲ ਹੈਗੇ ਆ ਹੂੰ ਅ ਕਈਆਂ ਦੇ ਬਿਜ਼ਨਸ ਬਹੁਤ ਵਧੀਆ ਜੌਬਸ ਵੀ ਹਾਂਜੀ ਕਿ ਉਹਨੂੰ ਬੱਚੇ ਆਈਏਐਸ ਕਰਦੇ ਆ ਆਈਪੀਐਸ ਕਰਦੇ ਆ ਹਾਂਜੀ ਤੇ ਬੜੇ ਵਧੀਆ ਜੌਬਸ ਤੇ ਹੈਗੇ ਆ ਹਾਂਜੀ ਤੇ ਬਸ ਉਹ ਹੈਗਾ ਆ ਪੋਰਸ਼ਨ ਥੋੜਾ ਜਿਹਾ ਇਦਾਂ ਦਾ ਵੀ ਪੋਰਸ਼ਨ ਹੈਗਾ ਆ ਵੀ ਜਿਹੜਾ ਜਿਨ੍ਹਾਂ ਨੂੰ ਲੱਗਦਾ ਹੈ ਵੀ ਹੁਣ ਇੱਥੇ ਅਸੀਂ ਨਹੀਂ ਕੁਝ ਖਾਸ ਕਰ ਸਕਦੇ ਕਿ ਅਸੀਂ ਬੈਟਰ ਹੈ ਬਾਹਰ ਨਿਕਲ ਜਾਈਏ ਹਾਂਜੀ ਹਾਂਜੀ ਸੋ ਪਰਸਨਲ ਯੂ نو ਬਣ ਜਾਂਦੀਆਂ ਨਹੀਂ ਆਪਣੇ ਵੈਸੇ ਅੱਜਕੱਲ ਦੀ ਜਨਰੇਸ਼ਨ ਆਪਦੇ profession ਨੂੰ ਲੈ ਕੇ ਬਹੁਤ ਸੀਰੀਅਸ ਆ ਕਿਸੇ ਵੀ ਬੱਚੇ ਨਾਲ ਤੁਸੀਂ ਗੱਲ ਕਰਕੇ ਦੇਖ ਲਓ ਹੁਣ ਬਹੁਤ ਫਰਕ ਪੈ ਗਿਆ ਹੈ ਬਿਲਕੁਲ ਪਿੱਛੇ ਜੇ ਇੱਕ ਦੌਰ ਆਇਆ ਸੀ ਜਦੋਂ ਜਿੱਦਾਂ ਕਹਿੰਦੇ ਆ ਕਿ ਨਸ਼ਾ ਬਹੁਤ ਹੋ ਗਿਆ ਸੀ ਹੋ ਵੀ ਗਿਆ ਸੀ ਉਦੋਂ ਬਟ ਹੁਣ ਅੱਗੇ ਮੈਨੂੰ ਤਾਂ ਲੱਗਦਾ ਨਹੀਂ ਬੱਚੇ ਹੁਣ ਬਹੁਤ ਜ਼ਿਆਦਾ ਉਹੀ ਜਿਹੜੀ ਆਪਾਂ ਪਹਿਲਾਂ ਗੱਲ ਕਰ ਸਕਦੇ ਕਰਦੇ ਸੀਗੇ ਵੀ ਇਹ ਜਿਹੜੀ ਯੰਗ ਜਨਰੇਸ਼ਨ ਆ ਇਹਨਾਂ ਨੂੰ ਅਵੇਅਰਨੈਸ ਦੀ ਬਹੁਤ ਲੋੜ ਹੈ ਹਾਂਜੀ ਹਾਂਜੀ ਹਾਂ ਅਵੇਅਰਨੈਸ ਜਿਹੜੀ ਹੈਗੀ ਹੈ ਇਹਨਾਂ ਨੂੰ ਗਾਈਡੈਂਸ ਦੀ ਬਹੁਤ ਲੋੜ ਹੈ ਹੂੰ ਹੂੰ ਤੇ ਗੱਲ ਉਹੀ ਹੈ ਵੀ ਉਹ ਜਿਹੜੀ ਜਦੋਂ ਸਕੂਲ ਫਿਨਿਸ਼ ਕਰਦੇ ਆ ਸਕੂਲ ਟਾਈਮ ਤੇ ਜਾਂ ਫਿਰ ਕਾਲਜ ਟਾਈਮ ਤੇ ਉਹ ਅਵੇਅਰਨੈਸ ਉਹਨਾਂ ਨੂੰ ਨਾਲੋਂ ਨਾਲ ਰੈਡੀ ਕਰਨਾ ਚਾਹੀਦਾ ਕਿਉਂਕਿ ਕੱਲੀਆਂ ਡਿਗਰੀਆਂ ਨੇ ਕੁਝ ਨਹੀਂ ਕਰਨਾ ਹਾਂਜੀ ਉਹ ਡਿਗਰੀਆਂ ਲੈ ਕੇ ਘਰ ਬਹਿ ਜਾਣੇ ਹੋ ਤੁਸੀਂ ਗੱਲ ਤਾਂ ਹੈ ਵੀ ਜਦੋਂ ਪ੍ਰੈਕਟੀਕਲੀ ਤੁਹਾਡੀ ਜੌਬ ਕੀ ਹੈ ਤੁਸੀਂ ਕਿੱਧਰ ਨੂੰ ਜਾਣਾ ਕਿਹੜੀ ਲਾਈਨ 'ਚ ਰਹਿਣਾ ਉਹ ਗਾਈਡੈਂਸ ਬਹੁਤ ਜ਼ਰੂਰੀ ਹੈ ਹਾਂਜੀ ਹਾਂਜੀ ਹੁਣ ਤਾਂ ਪੇਰੈਂਟਸ ਵੀ ਜਿੱਦਾਂ ਪੜੇ ਹੁੰਦੇ ਕੁਝ ਪਹਿਲਾਂ ਪਹਿਲਾਂ ਹੀ ਨਹੀਂ ਸੀ ਗਾਈਡ ਕਰ ਪਾਉਂਦੇ ਹੁਣ ਤਾਂ ਮੈਨੂੰ ਲੱਗਦਾ ਅੱਗੇ ਅੱਗੇ ਚੰਗਾ ਹੀ ਹੋ ਰਿਹਾ ਵੈਸੇ ਸਾਰਾ ਕੁਝ ਐਵੇਂ ਅਸੀਂ ਕਹੀ ਜਾਈਏ ਕਿ ਨਹੀਂ ਨਹੀਂ ਕੁਝ ਵਰਵਾਦਵਾ ਦਾ ਸ਼ੁਕਰ ਹੈ ਭਾਜੀ ਤੁਸੀਂ ਫਿਰ ਤੋਂ ਮੈਂ ਤੁਹਾਡੀ ਗਾਇਕੀ ਵੱਲ ਆਉਣੀ ਆ ਜਦੋਂ ਤੁਸੀਂ ਪਹਿਲਾਂ ਉਹ ਕੈਸਟ ਉਦੋਂ ਕੈਸਟ ਦਾ ਯੁੱਗ ਸੀ ਹੈਨਾ ਪੋਸਟਰ ਲਾਉਂਦੇ ਹੁੰਦੇ ਸੀ ਪੂਰੇ ਪੰਜਾਬ 'ਚ ਉਹ ਵੀ ਇੱਕ ਆਪਣਾ ਹੀ ਮਾਹੌਲ ਹੁੰਦਾ ਸੀ ਪੋਸਟਰਸ ਲਗਾਉਣੇ ਆਪ ਫਿਰ ਫਿਰ ਕੇ ਬਰਾਸਬੁਰ ਯਾਪੇ ਜਾਂਦੇ ਹੁੰਦੇ ਸੀ ਪੋਸਟਰ ਲੈ ਲੈ ਕੇ ਜਿੱਦਾਂ ਸਾਰੇ ਹੈਨਾ ਤੇ ਜਦੋਂ ਉਦੋਂ ਤੁਹਾਡੀ ਕੈਸਡ ਹੋਈ ਸੀ ਤੁਹਾਡਾ ਕੋਈ ਐਕਸਪੀਰੀਅੰਸ ਜਾਂ ਉਦੋਂ ਦੇ ਕੋਈ ਮਤਲਬ ਕੁਝ ਗੱਲ ਸਾਂਝੀ ਕਰਨਾ ਚਾਹੋ ਤੁਸੀਂ ਉਦੋਂ ਉਦੋਂ ਐ ਸੀਗਾ ਵੀ ਜਦੋਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਵੀ ਸਾਡੀਆਂ ਪਹਿਲੀਆਂ ਐਲਬਮ ਸੀਗੀਆਂ ਮੇਰੀ ਵੀ ਪਹਿਲੀ ਐਲਬਮ ਸੀ ਹੱਸਦੀ ਸੁਣੀ ਲੱਗਦੀ ਹਾਂਜੀ ਤੇ ਰਾਜਦੀ ਵੀ ਪਹਿਲੀ ਐਲਬਮ ਸੀਗੀ ਬੰਤੋ ਹਾਂਜੀ ਰਿਕਾਰਡਿੰਗ ਅਸੀਂ ਸਾਈਡ ਵਾਈ ਸਾਈਡ ਇਕੱਠਿਆਂ ਨਹੀਂ ਇਕੱਠੇ ਇਕੱਠਿਆਂ ਨਹੀਂ ਕੀਤੀ ਸੀ ਹੂੰ ਹੂੰ ਰੀਲੀਜ਼ਿੰਗ ਦੇ ਵਿੱਚ ਥੋੜੀ ਜੀ ਮੇਰੇ ਵਾਲੀ ਜਿਹੜੀ ਸੀ ਉਹ ਪਹਿਲਾਂ ਆ ਗਈ ਅੱਛਾ ਜੀ ਹਸਦੀ ਸੋਹਣੀ ਲੱਗਦੀ ਰਾਜ ਵਾਲੀ ਆਈ ਥਿੰਕ 3-4 ਕਿ ਮਹੀਨੇ ਲੇਟ ਸੀਗੀ ਤੇ ਮੇਰੇ ਵਾਲੇ ਜਿਹੜੇ ਜਦੋਂ ਆਈ ਤੇ ਉਹਦੇ ਫਿਰ ਗਾਣੇ ਉਦੋਂ ਜਲੰਧਰ ਤੋਂ ਲੁਸ਼ਕਾਰਾ ਪ੍ਰੋਗਰਾਮਾਂ ਦਾ ਹੁੰਦਾ ਸੀਗਾ ਹੂੰ ਹੂੰ ਉਹਦੇ ਵਿੱਚ ਲੱਗ ਗਏ ਉਹ ਪਿੰਡਾਂ ਵਿੱਚ ਦੇਖਦੇ ਸੀ ਲੋਕ ਟੀਵੀ ਚੈਨਲ ਘੱਟ ਸੀਗੇ ਉਦੋਂ ਚੈਨਲ ਘੱਟੇ ਸੀਗੇ ਤੇ ਥੋੜਾ ਜਿਹਾ ਉਹ ਗਾਣੇ ਜਿਹੜੇ ਸੀ ਲੋਕਾਂ ਨੂੰ ਪਤਾ ਲੱਗਣ ਲੱਗ ਗਏ ਹੂੰ ਹੂੰ ਤੇ ਫਿਰ ਜਦੋਂ ਫਿਰ ਰਾਜ ਦੀ ਟੇਪ ਆਈ ਬੰਤੂ ਸਾਗਾ 뮤ਜ਼ਿਕ ਨੇ ਕੀਤੀ ਸੀ ਜੀ ਹਾਂਜੀ ਸਰ ਤੇ ਅਸੀਂ ਨਾ ਉਹ ਪੋਸਟਰ ਫਿਰ ਗੱਡੀ 'ਚ ਰੱਖ ਲੈਣੇ ਤੇ ਦੋ ਦੋ ਕੁ ਗੱਡੀਆਂ ਦੇ ਵਿੱਚ ਅਸੀਂ ਰੱਖ ਕੇ ਮੁੰਡੇ ਨਾਲ ਲੈ ਕੇ ਉਹ ਪੋਸਟਰ ਲਾਉਣੇ ਹਨ ਹਾਂਜੀ ਉਹਦੇ ਵਿੱਚ ਫਿਰ ਕਈ ਹੁੰਦੀਆਂ ਸੀਗੀਆਂ ਰਿਕਾਰਡਿੰਗ ਦੀਆਂ ਵੀ ਕਈ ਯਾਦਾਂ ਆ ਹਮ ਅ ਦਿੱਲੀੋਂ ਅਸੀਂ ਇੱਕ ਵਾਰੀ ਤੁਰਨ ਲੱਗੇ ਤਾਂ ਅਹੂਜਾ ਸਾਹਿਬ ਨੇ ਰਾਜ ਨੂੰ ਨਾ ਜਦੋਂ ਤੁਰਨ ਲੱਗੇ ਕਹਿੰਦੇ ਠੀਕ ਹੈ ਰਾਜ ਜਿੰਨੀ ਨਿਵਦੀ ਕਹਿੰਦੇ ਵਧੀਆ ਨਿਭਾਉਣੀ ਚਾਹੀਦੀ ਹੱਸ-ਹੱਸ ਕੇ ਅੱਛਾ ਤੇ ਅਸੀਂ ਫੇ ਉਦੋਂ ਬੱਸ 'ਚ ਆਏ ਅੱਛਾ ਜੀ ਦਿੱਲੀੋਂ ਚੰਡੀਗੜ੍ਹ ਨੂੰ ਰਾਤ ਨੂੰ ਬੱਸ ਸੀਗੀ ਤੇ ਰਾਜ ਕਹਿੰਦਾ ਮੈਂ ਤਾਂ ਗਾਣਾ ਯਾਰ ਬਣਾਉਣ ਲੱਗਾ ਹੂੰ ਹੂੰ ਤੇ ਉਹਨਾਂ ਨੇ ਫੇ ਗਾਣਾ ਇੱਕ ਪੂਰਾ ਕੀਤਾ ਲਿਖਿਆ ਉਹੀ ਉਹ ਫੇ ਮੇਰੇ ਵਾਲੀ ਟੇਪ 'ਚ ਹੀ ਪਾਤਾ ਸੀਗਾ ਹੱਸਦੀ ਸੋਹਣੀ ਲੱਗਦੀ ਵਿੱਚ ਹੂੰ ਤੇ ਖੂਨ ਨਾਲੋਂ ਗੂੜਾ ਹੁੰਦਾ ਰਿਸ਼ਤਾ ਪਿਆਰ ਦਾ ਤੇ ਐ ਜੀ ਗਾ ਕੇ ਕੁਝ ਵੀ ਜਿਹੜਾ ਤੁਹਾਨੂੰ ਚੰਗਾ ਲੱਗਾ ਕੇ ਇਹ ਹੀ ਗਾਣਾ ਸੀਗਾ ਖੂਨ ਨਾਲੋਂ ਗੂੜਾ ਹੁੰਦਾ ਰਿਸ਼ਤਾ ਪਿਆਰ ਦਾ ਪਿਆਰ 'ਚ ਵਿਛੋੜਾ ਦਿਲ ਪਲ ਨਾ ਸਹਾਰਦਾ ਹੱਸ ਕੇ ਬੁਲਾਇਆ ਕਦੇ ਕੁਝ ਨਹੀਂ ਹੋ ਜਾਂਦਾ ਹੱਸ ਕੇ ਬੁਲਾਇਆ ਕਦੇ ਕੁਝ ਨਹੀਂ ਹੋ ਜਾਂਦਾ ਰੁੱਸੇ ਯਾਰ ਨੂੰ ਮਨਾਈਏ ਨੱਚ ਨੱਚ ਕੇ ਨੱਚ ਨੱਚ ਕੇ ਜਿੰਨੀ ਨਬਦੀ ਨਵਾਈਏ ਹੱਸ ਹੱਸ ਕੇ ਬਈ ਜਿੰਨੀ ਨਬਦੀ ਨਵਾਈਏ ਹੱਸ ਹੱਸ ਕੇ ਬਹੁਤ ਵਧੀਆ ਉਹ ਅਫੁਜਾ ਸਾਹਿਬ ਨੇ ਲਾਇ ਇੱਕ ਗੱਲ ਕਹੀ ਹਮ ਹਮ ਤੇ ਇਹ ਬਰਾਸਬ ਨੇ ਐਦਾਂ ਹੀ ਗਾਣੇ ਬਣਾਉਂਦੇ ਹੁੰਦੇ ਸੀ ਇੱਕ ਵਾਰੀ ਉਹਨਾਂ ਨੂੰ ਕਿਸੇ ਨੇ ਪੁੱਛਿਆ ਅਚਾਨਕ ਜਈ ਮਤਲਬ ਕੋਈ ਐ ਨਹੀਂ ਹੁੰਦਾ ਸੀ ਕਿ ਸਪੈਸ਼ਲ ਬੈਠ ਗਏ ਜਾਂ ਗੋਸ਼ ਹੈ ਨਾ ਇੱਕ ਵਾਰੀ ਕਿਸੇ ਨੇ ਉਹਨਾਂ ਨੂੰ ਪੁੱਛਿਆ ਕਹਿੰਦੇ ਤੁਸੀਂ ਗਾਣੇ ਲਿਖਦੇ ਹੋ ਕਿਦਾਂ ਤੁਹਾਨੂੰ ਕੀ ਮਾਹੌਲ ਚਾਹੀਦਾ ਹੁੰਦਾ ਕਹਿੰਦੇ ਕੁਛ ਨਹੀਂ ਬਸ ਘਰ ਦੇ ਸਾਰੇ ਘਰੇ ਹੋਣ ਬਲਾਵੇ ਕੋਈ ਨਾ ਕਹਿੰਦੇ ਐਦਾਂ ਲਿਖਦਾ ਗਾਣੇ ਤੁਰੇ ਜਾਂਦੇ ਕਿਤੇ ਕੋਈ ਲਾਈਨ ਪੜ ਲਈ ਜਾਂ ਗੋਸ਼ ਹੋ ਦੇਤੇ ਐਦਾਂ ਜਈ ਸੀਗੇ ਉਹ ਹਮ ਤੇ ਅਸੀਂ ਇੱਕ ਵਾਰੀ ਆ ਰਹੇ ਸੀ ਵਾਪਸ ਉਦੋਂ ਨਾ ਆ ਮਰੂਤੀ ਲੈ ਲਈ ਸੀ ਅੱਛਾ ਜੀ ਮਰੂਤੀ 800 ਦਾ ਉਹ ਬੜਾ ਹਾਂਜੀ ਉਹ ਹਾਂ ਕ੍ਰੇਜ਼ ਦਾ ਸੀ ਸਾਨੂੰ ਬੜੀ ਵਧੀਆ ਲੱਗਦੀ ਹੁੰਦੀ ਸੀ ਬੋਡੀ ਸਾਰੀ ਲੱਗਣੀ ਨਾ ਕਾਰ ਤੇ ਉਹ ਲੈ ਲਈ ਸੈਕੰਡ ਹੈਂਡ ਦਿੱਲੀ ਤੋਂ ਅੱਛਾ ਜੀ ਤੇ ਉਹਦੇ ਵਿੱਚ ਨਾ ਪਤਾ ਨਹੀਂ ਕੀ ਪ੍ਰੋਬਲਮ ਸੀਗੀ ਜਾਂ ਉਹ ਜਿਹੜਾ ਉਹਦੀ ਟੈਂਕ ਹੋਣਾ ਉਹਦੇ ਵਿੱਚ ਚੱਬ ਚੂਬ ਪਿਆ ਹੋਣਾ ਪਤਾ ਨਹੀਂ ਕੀ ਸੀਗਾ ਉਹ ਜਨਾ ਅਸੀਂ ਰਾਹ ਜਾ ਰਹੇ ਸੀਗੇ ਮੈਂ ਤਾਂ ਰਾਜ ਹੀ ਸੀ ਮੈਂ ਡਰਾਈਵ ਕਰ ਰਿਹਾ ਸੀ ਹਾਂਜੀ ਉਹ ਤੇਲ ਵਾਲੀ ਸੂਈ ਤੇ ਨਾ ਥੋੜਾ ਜਿਹਾ ਸ਼ੋਅ ਕਰ ਰਹੀ ਸੀ ਵੀ ਹੈਗਾ ਹਜੇ ਅੱਛਾ ਜੀ ਪਰ ਉਹ ਆ ਕੇ ਖੜ ਗਈ ਰਾਜ ਰਾਤ ਦਾ 1:00 2:00 ਵਜੇ ਹੋਈ ਸੀਗੇ ਤੇ ਖੜ ਗਈ ਅਸੀਂ ਇਹ ਸੋਚੀ ਜਾਂਦੇ ਸੀ ਅਗਲੇ ਪੰਪ ਤੇ ਪਹਾਲਾਂਗੇ ਅਗਲੇ ਤੇ ਪਹਾਲਾਂਗੇ ਅਗਲੇ ਖੜ ਗਈ ਤਾਂ ਉਹ ਜਦੋਂ ਮੈਂ ਕਿਹਾ ਰਾਜ ਲੈ ਹੁਣ ਤਾਂ ਫਸ ਗਏ ਵੀ ਤੇ ਜਿਹੜੇ ਪੰਪ ਸੀਗੇ ਪਿੱਛੇ ਉਹ 5 ਕਿਲੋਮੀਟਰ ਤੇ ਸੀਗੇ ਅਸੀਂ ਗੱਡੀ ਨੂੰ ਧੱਕਾ ਲਾ ਕੇ ਸਾਈਡ ਤੇ ਕਰਕੇ ਲੋਕ ਲਾ ਕੇ ਅਸੀਂ ਦੋਨੇ ਜਣੇ ਫੇ ਭੱਜ ਕੇ ਗਏ ਉੱਥੇ ਨੂੰ ਜਦੋਂ ਪੰਪ ਤੇ ਗਏ ਤੇ ਉੱਥੇ ਇੱਕ ਬੰਦਾ ਸੁੱਤਾ ਪਿਆ ਸੀ ਆ ਤੇ ਅਸੀਂ ਉਹਨੂੰ ਠਾਲਿਆ ਅਸੀਂ ਕਿਹਾ ਯਾਰ ਵੀ ਸਾਨੂੰ ਤੇਲ ਦੇ ਹੈਨਾ ਕਹਿੰਦਾ ਕਿੰਨੀ ਹੈਗੀ ਅਸੀਂ ਕਿਹਾ ਕਿੰਨੀ ਦਾ ਹੈ ਨਹੀਂ ਕਹਿੰਦਾ ਫੇਰ ਨਹੀਂ ਮਿਲਣਾ ਤੇ ਅਸੀਂ ਨਾ ਉੱਥੋਂ ਤੁਰਨ ਲੱਗੇ ਜਦੋਂ ਉੱਥੇ ਦੇਖਿਆ ਉਹਦੇ ਸਰਹਾਣੇ ਦੇ ਕੋਲ ਇੱਕ ਕੈਨੀ ਪਈ ਸੀ ਅੱਛਾ ਅਸੀਂ ਉਹ ਕੈਨੀ ਚੱਕ ਲਈ ਹੁਣ ਉਹ ਕੰਨੀ ਚੱਕ ਕੇ ਹੁਣ ਉਤੋਂ ਦਾ ਪਵਾ ਨਹੀਂ ਸਕਦੇ ਹਾਂ ਉੱਥੋਂ ਫੇ ਇੱਕ ਪਿੱਛੇ ਹੋਰ ਸੀਗਾ ਅੱਧੇ ਕਿਲੋਮੀਟਰ ਦੇ ਪੰਪ ਇੱਕ ਪੰਪ ਤੋਂ ਕੰਨੀ ਚੱਕੀਏ ਦੂਸਰੇ ਤੋਂ ਓਕੇ ਉੱਥੇ ਨੂੰ ਭੱਜ ਗਏ ਉੱਥੋਂ ਫੇ ਤੇਲ ਪਵਾਇਆ ਹੂੰ ਫੇ ਦੌੜ ਕੇ ਆਏ ਪਾ ਕੇ ਗੱਡੀ ਦੇ ਵਿੱਚ ਫੇ ਅਸੀਂ ਘਰ ਨੂੰ ਆਏ ਹਾਂ ਆ ਮਿੱਠੀਆਂ ਯਾਦਾਂ ਸੋ ਸਹੀ ਗੱਲ ਹੈ ਹੂੰ ਹਾਂ ਜੀ ਹੁੰਦਾ ਉਦੋਂ ਸਾਦਗੀ ਬਹੁਤ ਹੁੰਦੀ ਸੀ ਇੱਕ ਜੀ ਸੀ ਉਦੋਂ ਆਰਟਿਸਟ ਜੋ ਮਰਜੀ ਬਣ ਜਾਂਦੇ ਸੀ ਸਾਦਗੀ ਬਹੁਤ ਹੁੰਦੀ ਸੀ ਯੈਸ ਬਿਲਕੁਲ ਹਾਂ ਹੈ ਨਹੀਂ ਜੀ ਇਹ ਜੀ ਤਾਂ ਹਾਂ ਪਿਆਰ ਸਾਦਗੀ ਬਹੁਤ ਤੱਪਾ ਜੀ ਨੂੰ ਬਹੁਤ ਹੀ ਚੰਗਾ ਲੱਗਿਆ ਕਿਉਂਕਿ ਜਿਹੜੇ ਉਸ ਜਮਾਨੇ ਦੀ ਜਦੋਂ ਗੱਲ ਹੁੰਦੀ ਹੈ ਨਾ ਤਾਂ ਫਿਰ ਮੈਂ ਉੱਥੇ ਹੀ ਪਹੁੰਚ ਜਾਨੀ ਆ ਉਹ ਸਾਰੇ ਸਾਰੇ ਪਲ ਜੀਣ ਲੱਗ ਜਾਂਦਾ ਹੈ ਤਾਂ ਤੁਸੀਂ ਮੈਨੂੰ ਕੋਈ ਵੀ ਹੁਣ ਇੱਕ ਹੋਰ Song ਜਾਂਦੇ ਜਾਂਦੇ ਸਰੋਤਿਆਂ ਲਈ ਓਕੇ ਉਹ ਪਹਿਲੀ ਟੇਪ ਚੋਂ ਹੱਸਦੀ ਸੋਹਣੀ ਲੱਗਦੀ ਵਿੱਚ ਇੱਕ Song ਸੀਗਾ ਹਮ ਹਮ ਕਾਫੀ ਪਿਆਰ ਮਿਲਿਆ ਉਹਨਾਂ ਨੂੰ ਸੋ ਮੈਂ ਦੋ ਲਾਈਨਾਂ ਲਾ ਦਿੰਦਾ ਹਾਂਜੀ ਮਾਏ ਸੁਣ ਮਾਏ ਮੇਰੇ ਬਾਬਲਾ ਵੇ ਬਾਬਲਾ ਛਮ ਛਮ ਹੰਝੂ ਨਾ ਬਹਾ ਵੇ ਬਾਬਲਾ ਛਮ ਛਮ ਹੰਝੂ ਨਾ ਬਹਾ ਤਿਆਂ ਪਰਦੇਸਣਾ ਨੇ ਇੱਕ ਦਿਨ ਤੁਰ ਜਾਣਾ ਵਸਣਾ ਬੇਗਾਨੇ ਦੇਸ਼ ਜਾ ਵੇ ਬਾਬਲਾ ਛਮ ਛਮ ਹੰਝੂ ਨਾ ਬਹਾ ਛਮ ਛਮ ਹੰਝੂ ਨਾ ਬਹਾ ਬਹੁਤ ਅਧੀਆ ਭਾਜੀ ਮੈਂ ਐਕਚੁਅਲੀ ਮੈਨੂੰ ਤਾਂ ਲੱਗ ਰਿਹਾ ਸੀ ਹੋਰ ਸੁਣੀ ਜਾਵਾਂ ਇਮੋਸ਼ਨਲ ਸੌਂਗ ਸੀ ਥੋੜਾ ਜਿਹਾ ਬਟ ਬਹੁਤ ਸੋਹਣਾ ਸੀ ਬਹੁਤ ਸੋਹਣਾ ਸੰਸਿਪਾ ਜੀ ਸੁਣ ਕੇ ਮਤਲਬ ਗੂਸ ਬੰਪਸ ਲਾਈਕ ਬਹੁਤ ਹੀ ਵਿਦਿਆ ਲੱਗਿਆ ਅ ਭਾਜੀ ਮੈਨੂੰ ਬਹੁਤ ਜੰਗ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਆਪਾਂ ਆਪਣੀਆਂ ਯਾਦਾਂ ਤਾਂ ਸਾਂਝੀਆਂ ਕੀਤੀਆਂ ਬਰਤ ਸਭ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਤਾਂ ਬਹੁਤ ਕੁਝ ਤੁਹਾਡੇ ਬਾਰੇ ਜਾਣਿਆ ਤੁਹਾਡੀ ਜੌਬ ਬਾਰੇ ਜਿਹੜਾ ਕਿ ਲੋਕ ਬਹੁਤ ਘੱਟ ਜਾਣਦੇ ਆ ਤੁਹਾਡੀ ਗਾਇਕੀ ਬਾਰੇ ਜਾਣਿਆ ਸੋ ਬਹੁਤ ਹੀ ਥੈਂਕ ਯੂ so much ਕਿ ਤੁਸੀਂ ਸਾਡੇ ਸ਼ੋਅ ਤੇ ਆਏ ਥੈਂਕ ਯੂ ਥੈਂਕ ਯੂ ਬਿੰਦੂ ਥੈਂਕ ਯੂ ਫॉर ਹੈਵਿੰਗ ਮੀ ਹੇਅਰ ਥੈਂਕ ਯੂ ਬਹੁਤ ਥੈਂਕ ਯੂ so much ਸੋ ਅੱਜ ਦੇ ਸਾਡੇ ਮਹਿਮਾਨ ਨਾਲ ਮੈਨੂੰ ਉਮੀਦ ਹੈ ਤੁਹਾਨੂੰ ਵੀ ਮਿਲ ਕੇ ਬਹੁਤ ਚੰਗਾ ਲੱਗਿਆ ਹੋਵੇਗਾ ਤੇ ਉਹਨਾਂ ਬਾਕੀ ਜੋ ਵੀ ਅਸੀਂ ਗੱਲ ਕਰਦਿਆਂ ਪਲੀਜ਼ ਮੈਂ ਤੁਹਾਡੇ ਨਾਲ ਤੁਹਾਨੂੰ ਕਹਿਣਾ ਚਾਹੁੰਗੀ ਸਾਡੇ ਆਪਣੇ ਵਿਚਾਰ ਹੁੰਦੇ ਆਏ ਕਿਸੇ ਨਾਲ ਕੋਈ ਲੈਣ ਦੇ ਨਹੀਂ ਹੁੰਦਾ ਇਹਨਾਂ ਵਿਚਾਰਾਂ ਦਾ ਸੋ ਕੁਝ ਲੋਕ ਸਹਿਮਤ ਹੋ ਸਕਦੇ ਕੁਝ ਨਹੀਂ ਵੀ ਸਹਿਮਤ ਹੋ ਸਕਦੇ ਤਾਂ ਪਲੀਜ਼ ਤੁਸੀਂ ਖੁਸ਼ ਰਹੋ ਆਬਾਦ ਰਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ